ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਮੈਂ ਤੁਹਾਡੀ ਐਂਕਰ ਹਾਂ ਮੇਰਾ ਨਾਮ ਜੀਆ ਹੈ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੀ ਦੁਨੀਆ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਕਿ ਓਬੈਸਿਟੀ ਹੈ ਯਾਨੀ ਕਿ ਮੋਟਾਪਾ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਲੇਕਿਨ ਕੋਈ ਖੁੱਲ੍ਹ ਕੇ ਚਰਚਾ ਨਹੀਂ ਕਰਦਾ ਲੇਕਿਨ ਕਹਿੰਦੇ ਹੈ ਨਾ ਹਰ ਪ੍ਰੋਬਲਮ ਦਾ ਇੱਕ ਸੋਲਿਊਸ਼ਨ ਹੁੰਦਾ ਹੈ ਤੇ ਅੱਜ ਅਸੀਂ ਇਸ ਪ੍ਰੋਬਲਮ ਨੂੰ ਕਿਵੇਂ ਆਪਾਂ ਫਾਇੰਡ ਆਊਟ ਕਰ ਸਕਦੇ ਹਾਂ ਕਿਵੇਂ ਇਹਨੂੰ ਸੋਲਵ ਕਰ ਸਕਦੇ ਹਾਂ ਇਹਦੇ ਬਾਰੇ ਗੱਲ ਕਰਾਂਗੇ ਐਂਡ ਇਸ ਲਈ ਸਾਡੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਪਰਸਨੈਲਿਟੀ ਹੈ ਨਾਲੇ ਇੱਕ ਡਾਕਟਰ ਹੈ ਤੇ ਮੈਂ ਉਹਨਾਂ ਨੂੰ ਇੱਥੇ ਇਨਵਾਈਟ ਕਰਨਾ ਚਾਹਾਂਗੀ ਜੀ ਹਾਂਜੀ ਇਹਨਾਂ ਦਾ ਨਾਂ ਹੈ ਡਾਕਟਰ ਅਮਿਤ ਸੂਦ ਜਿਹੜੇ ਕਿ ਕੋਸਮਿਕ ਸਰਜੀਕਲ ਸੈਂਟਰ ਇੰਡੀਆ ਦੇ ਫਾਊਂਡਰ ਨੇ ਤੇ ਨਾਲੇ ਇਹਨਾਂ ਨੂੰ 10 ਸਾਲ ਦਾ ਸਰਜਰੀ ਦੇ ਵਿੱਚ ਐਕਸਪੀਰੀਅੰਸ ਹੈ ਔਰ ਇਸ ਦੇ ਨਾਲ ਇਹ ਆਪਣੀ ਫੀਲਡ ਦੇ ਵਿੱਚ ਇਹਨਾਂ ਨੂੰ ਕਾਫੀ ਗੋਲਡ ਮੈਡਲ ਵੀ ਹਾਸਿਲ ਹੋਏ ਹੈ ਤੇ ਇਹ ਸਾਡੇ ਐਕਸਪਰਟੀਜ਼ ਨੇ ਬਾਇਓਰੈਟਰਿਕ ਸਰਜਰੀ ਐਂਡ ਮੈਟਾਬੋਲਿਕ ਸਰਜਰੀ ਦੇ ਵਿੱਚ ਤੇ ਮੈਂ ਰਿਕੁਐਸਟ ਕਰਾਂਗੀ ਡਾਕਟਰ ਸਾਹਿਬ ਨੂੰ ਕਿ ਪਲੀਜ਼ ਉਹ ਇੱਥੇ ਆਣ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਵੈਲਕਮ ਡਾਕਟਰ ਸਾਹਿਬ। ਤੇ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਤਾ ਕਿ ਆਪਾਂ ਗੱਲ ਕਰਨ ਜਾ ਰਹੇ ਹਾਂ ਓਬੈਸਿਟੀ ਦੇ ਬਾਰੇ ਤੇ ਮੈਂ ਚਾਹਾਂਗੀ ਕਿ ਤੁਸੀਂ ਕੁਛ ਓਬੈਸਿਟੀ ਬਾਰੇ ਆਪਣੇ ਕੁਛ ਆਪਣੇ ਵਿਚਾਰ ਸਾਂਝਾ ਕਰੋ ਤੇ ਨਾਲੇ ਸਾਨੂੰ ਦੱਸੋ ਕਿ ਓਬੈਸਿਟੀ ਕੀ ਹੈ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ। ਫਸਟ ਆਫ ਆਲ ਥੈਂਕ ਯੂ ਜੀਆ ਜੀ ਤੇ ਸਾਰੇ ਵਿਊਅਰਸ ਨੂੰ ਤੇ ਅੱਜ ਮੈਨੂੰ ਇਸ ਪਲੈਟਫਾਰਮ ਤੇ ਇੱਕ ਮੌਕਾ ਮਿਲ ਰਿਹਾ ਹੈ ਕਿ ਜਿਹਦੇ 'ਚ ਮੈਂ ਸਾਰੇ ਵਿਊਅਰਸ ਨੂੰ ਤੇ ਇੱਕ ਦਿਸ ਇਜ਼ ਅ ਹੈਲਥ ਮੈਸੇਜ ਕਿ ਜਿਹਦੇ 'ਚ ਆਪਾਂ ਜਾਗਰੂਕਤਾ ਕਰਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਮੋਟਾਪੇ ਤੋਂ ਮੋਟਾਪੇ ਦੀਆਂ ਬਿਮਾਰੀਆਂ ਸਾਡੀ ਜਿਹੜੀ ਲਾਈਫ ਸਟਾਈਲ ਨੂੰ ਅਫੈਕਟ ਕਰਦੀਆਂ ਉਹਨਾਂ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਪਹਿਲਾਂ ਸਵਾਲ ਪੁੱਛਿਆ ਮੋਟਾਪਾ ਕੀ ਹੈ, ਦੇਖੀਏ ਮੋਟਾਪਾ ਨੂੰ ਮੈਜ਼ਰ ਕਰਨ ਲਈ ਬਹੁਤ ਟੂਲਸ ਹੈ। ਜੇ ਆਪਾਂ ਗੱਲ ਕਰੀਏ ਪੰਜਾਬੀਆਂ 'ਚ ਤੇ ਇੱਥੇ ਪੰਜਾਬੀ ਸਾਨੂੰ ਖਾਂਦੇ ਪੀਂਦੇ ਸਾਰੇ ਮਿਲਦੇ ਹੈ। ਮੋਟਾਪਾ ਅਸੀਂ ਉਦੋਂ ਕਹਿੰਦੇ ਹਾਂ ਕਿ ਜਿਹੜਾ ਸਰੀਰ ਦਾ ਵੇਟ ਇੰਨਾ ਹੋ ਜਾਏ ਕਿ ਜਿਹਦੇ ਨਾਲ ਤੁਹਾਡੀ ਲਾਈਫ ਸਟਾਈਲ ਜਿਹੜੀ ਤੁਹਾਡੀ ਜ਼ਿੰਦਗੀ ਹੈ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਹੈ ਜਿਹਦੇ ਨਾਲ ਤੁਹਾਨੂੰ ਡਾਇਬਟੀਜ਼ ਹੋ ਜਾਏ, ਬਲੱਡ ਪ੍ਰੈਸ਼ਰ ਹੋ ਜਾਏ, ਤੁਰਨਾ ਫਿਰਨਾ ਔਖਾ ਹੋ ਜਾਏ, ਸਾਹ ਲੈਣਾ ਔਖਾ ਹੋ ਜਾਏ ਤੇ ਬਹੁਤ ਬਿਮਾਰੀਆਂ ਨਾਲ ਲੱਗ ਜਾਣ, ਉਹ ਮੋਟਾਪਾ ਇਸ ਵਰੀਸਮ। ਉਸ ਮੋਟਾਪੇ ਨੂੰ ਅਸੀਂ ਓਬੈਸਿਟੀ ਕਹਿੰਦੇ ਹਾਂ, ਜਿਹਨੂੰ ਮੋਰਬਿਡ ਓਬੈਸਿਟੀ ਮਤਲਬ ਜਿਹੜੀ ਜ਼ਿੰਦਗੀ ਨੂੰ ਖਤਰਾ ਦਿੰਦੀ ਹੈ, ਨਾ ਕਿ ਥੋੜ੍ਹਾ ਬਹੁਤਾ ਮੋਟਾਪਾ ਜਿਹੜਾ ਪੰਜਾਬੀਆਂ 'ਚ ਆਮ ਦੇਖਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮੋਟਾਪਾ ਉਹ ਜਿਹੜਾ ਓਵਰਵੇਟ ਹੋ ਜਾਏ ਤੇ ਜ਼ਿੰਦਗੀ ਨੂੰ ਖਤਰਾ ਦੇ ਤੇ ਬਿਮਾਰੀਆਂ ਨੂੰ ਨਾਲ ਲੈ ਕੇ ਆਏ। ਤੇ ਹੁਣ ਆਪਾਂ ਉਹਨਾਂ ਨੂੰ ਮੈਜ਼ਰ ਕਿਵੇਂ ਕਰ ਸਕਦੇ ਹਾਂ? ਲਾਈਕ ਆਪਾਂ ਜਾਂਦੇ ਹਾਂ, ਆਪਾਂ ਗੱਲ ਕਰੀਏ ਜਿਮ 'ਚ ਜਾਂਦੇ ਹਾਂ ਤਾਂ ਉੱਥੇ ਪਤਾ ਕਰਦਾ ਹੈ ਕਿ ਅੱਛਾ ਠੀਕ ਹੈ ਇਹ ਕੁਛ ਪੁਆਇੰਟਸ ਹੁੰਦੇ ਹੈ ਉਹਦੇ ਪਤਾ ਲੱਗਦਾ ਕਿ ਨਹੀਂ ਇਹ ਸਾਡਾ ਵੇਟ ਥੋੜ੍ਹਾ ਜ਼ਿਆਦਾ ਹੈ ਤੇ ਉਹ ਕੁਛ ਮੈਜ਼ਰ ਕਰਨ ਦਾ ਤਰੀਕਾ ਹੈ। ਯੈਸ ਬੇਸਿਕਲੀ ਦੇਖੀਏ ਅਸੀਂ ਜੇ ਦੇਖਿਆ ਜਾਏ ਤਾਂ ਮੋਟਾਪਾ ਜੇ ਅਸੀਂ ਮੈਜ਼ਰ ਕਰੀਏ ਹਾਈਟ ਤੇ ਵੇਟ ਦੇ ਨਾਲ ਹੀ ਅਸੀਂ ਮੈਜ਼ਰ ਕਰ ਪਾਉਂਦੇ ਹਾਂ ਮੋਟਾਪੇ ਨੂੰ, ਬਿਕੋਜ਼ ਅਸੀਂ ਦੇਖਿਆ ਗਿਆ ਸਾਡੀ ਹਾਈਟ ਦੀ ਬਹੁਤ ਵੇਰੀਏਬਿਲਿਟੀ ਹੈ। ਜੇ ਆਪਾਂ ਦੇਖੀਏ ਐਗਜ਼ਾਮਪਲ ਕਿ ਜੇ ਕਿਸੇ 5 ਫੁੱਟ ਵਾਲੇ ਇਨਸਾਨ ਦਾ ਵੇਟ 60 kg ਹੈ, ਓਕੇ, ਤੇ ਜੇ ਉਸੇ ਇਨਸਾਨ ਦਾ ਵੇਟ 60 ਤੋਂ 100 kg ਹੋ ਜਾਏ, ਓਕੇ, ਤੇ 5 ਫੁੱਟ ਇਨਸਾਨ ਦੇ ਅੰਦਰ 60 kg ਤੇ 100 kg 'ਚ ਜਿੰਨਾ 40 kg ਦਾ ਫਰਕ ਹੈ ਉਹ ਉਹਨੂੰ ਬਹੁਤ ਮੋਟਾ ਕਰ ਦੇਗਾ 5 ਫੁੱਟ ਦੇ ਇਨਸਾਨ ਨੂੰ। ਤੇ ਇਹ ਜੇ 100 kg ਕਿਸੇ 6 ਫੁੱਟ ਦੇ ਇਨਸਾਨ ਦਾ ਹੋਏ ਜਾਂ 6 ਫੁੱਟ 2 ਇੰਚ ਦੇ ਇਨਸਾਨ ਦਾ ਹੋਏ ਸਪੈਸ਼ਲੀ ਬੰਦਿਆਂ ਦੇ ਵਿੱਚ ਤੇ ਉਹਨਾਂ ਨੂੰ ਉਹ ਮੋਟਾਪਾ ਜ਼ਿਆਦਾ ਮਹਿਸੂਸ ਨਹੀਂ ਹੋਏਗਾ। ਤੇ ਦੈਟ ਮੀਨਸ ਕਿ ਮੋਟਾਪਾ ਸਿਰਫ ਵੇਟ ਦੇ ਨਾਲ ਨਹੀਂ ਹੈ, ਹਾਈਟ ਤੇ ਵੇਟ ਦੇ ਨਾਲ ਮੈਜ਼ਰ ਕੀਤਾ ਜਾਂਦਾ ਜਿਹਨੂੰ ਅਸੀਂ BMI ਕਹਿੰਦੇ ਹਾਂ, ਬੋਡੀ ਮਾਸ ਇੰਡੈਕਸ। ਸੋ ਮੋਟਾਪਾ ਜੇ ਅਸੀਂ ਦੇਖੀਏ ਤੇ ਜਿਸ ਤਰ੍ਹਾਂ ਅਸੀਂ BMI ਨਾਲ ਡਿਫਾਈਨ ਕਰਦੇ ਹਾਂ ਤੇ ਅਸੀਂ ਨੋਰਮਲ BMI ਜਿਹੜਾ ਸਾਡਾ ਅਸੀਂ ਮੈਜ਼ਰ ਕਰਦੇ ਹਾਂ 18.5 ਤੋਂ ਲੈ ਕੇ 24.5 ਤੱਕ ਨੋਰਮਲ BMI ਹੈ ਤੇ 25 ਤੋਂ 30 ਤੱਕ ਅਸੀਂ ਕਹਿੰਦੇ ਹਾਂ ਓਵਰਵੇਟ। ਓਕੇ, ਤੋ ਜਦੋਂ BMI 30 ਤੋਂ ਉੱਪਰ ਚਲਾ ਜਾਂਦਾ ਹੈ ਤੇ ਨਾਲ ਬਿਮਾਰੀਆਂ ਲੈ ਕੇ ਆਉਂਦਾ ਹੈ, ਸਪੈਸ਼ਲੀ ਜਦੋਂ BMI 32.5 ਤੋਂ ਜਾਂ 35 ਤੋਂ ਉੱਪਰ ਚਲਾ ਜਾਏ ਤੇ ਨਾਲ ਕੋਈ ਵੀ 2 ਬਿਮਾਰੀਆਂ ਲੈ ਆਏ ਜਿਵੇਂ ਡਾਇਬਟੀਜ਼ ਹੋ ਗਈ, ਜਿਹਨੂੰ ਬਲੱਡ ਪ੍ਰੈਸ਼ਰ ਹੈ, ਜੋੜਾਂ ਦਾ ਦਰਦ ਹੈ, ਸਾਹ ਦੀ ਤਕਲੀਫ ਹੈ, ਅਨਕੰਟਰੋਲ ਸ਼ੂਗਰ। ਓਕੇ, ਤੋ ਇਹ ਜਦੋਂ ਬਿਮਾਰੀਆਂ ਇਸ BMI ਦੇ ਨਾਲ ਜੁੜਦੀਆਂ ਤੇ ਇਹਨੂੰ ਅਸੀਂ ਮੋਰਬਿਡ ਮੋਟਾਪਾ ਕਹਿੰਦੇ ਹਾਂ ਕਿ ਉਸ ਤਰ੍ਹਾਂ ਦਾ ਮੋਟਾਪਾ ਜਿਹੜਾ ਆਪਣੇ ਆਪ 'ਚ ਵੀ ਇੱਕ ਪ੍ਰੋਬਲਮ ਹੈ ਤੇ ਬਿਮਾਰੀਆਂ ਦੇ ਨਾਲ ਜੁੜ ਕੇ ਹੋਰ ਵੀ ਖਤਰਾ ਲੈ ਕੇ ਆਉਂਦਾ ਹੈ। ਤੇ ਇਹ BMI ਨੂੰ ਅਸੀਂ ਮੋਰ ਦੈਨ 30 BMI ਤੋਂ ਉੱਪਰ ਬਿਮਾਰੀਆਂ ਦੇ ਨਾਲ ਸਾਨੂੰ ਇੱਕ ਐਕਸਪਰਟ ਨੂੰ ਮਿਲਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਆਪਣਾ ਵੇਟ ਘਟਾਈਏ ਤੇ ਬਿਮਾਰੀਆਂ ਠੀਕ ਕਰੀਏ। ਬਿਲਕੁਲ ਜੀ, ਇਸ ਇਨਫੋਰਮੇਸ਼ਨ ਨੂੰ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿੱਦਾਂ ਕਿ ਤੁਸੀਂ ਦੱਸਿਆ ਕਿ ਮੋਟਾਪੇ ਦੇ ਨਾਲ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਤੇ ਥੋੜ੍ਹਾ ਜਿਹਾ ਤੁਸੀਂ ਸਾਨੂੰ ਦੱਸੋਗੇ ਕਿਹੜੀ ਕਿਹੜੀ ਬਿਮਾਰੀਆਂ ਲਾਈਕ ਜਿਹੜੀ ਮੇਨ ਮੋਟਾਪੇ ਦੇ ਨਾਲ ਹੋ ਸਕਦੀ ਹੈ?
ਮੋਟਾਪੇ ਦੇ ਨਾਲ ਦੇਖੀਏ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਡਾਇਬੀਟੀਜ਼ ਤੇ ਡਾਇਬੀਟੀਜ਼ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਜਿਹੜੇ ਮੋਟੇ ਪੇਸ਼ੈਂਟ ਦੇਖੀ ਜਾਂਦੀ ਹੈ ਤੇ ਬੇਸਿਕਲੀ ਜਦੋਂ ਸਾਡਾ ਵੇਟ ਵੱਧਦਾ ਹੈ ਵੇਟ ਵਧਣ ਨਾਲ ਸਾਡਾ ਜਿਹੜਾ ਪੈਨਕ੍ਰੀਆਸ ਹੈ ਉਹ ਇਨਸੁਲਿਨ ਬਣਾਉਂਦਾ ਹੈ ਤੇ ਉਹ ਇਨਸੁਲਿਨ ਪੈਰੀਫਰੀ ਦੇ ਵਿੱਚ ਯੂਜ਼ ਹੁੰਦੀ ਹੈ ਜਿਹਦੇ ਨਾਲ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ ਬੋਡੀ 'ਚ ਉਹ ਗਲੂਕੋਸ ਦੀ ਅਬਜ਼ੋਰਪਸ਼ਨ ਤੋਂ ਲੈ ਕੇ ਕਨਵਰਜ਼ਨ ਤੋਂ ਲੈ ਕੇ ਸਟੋਰੇਜ ਤੱਕ ਜਿਹਨੂੰ ਅਸੀਂ ਗਲੂਕੋਸ ਮੈਟਾਬੋਲਿਜ਼ਮ ਕਹਿੰਦੇ ਹਾਂ ਤੇ ਦੇਖਿਆ ਜਾਂਦਾ ਹੈ ਜਦੋਂ ਓਵਰਵੇਟ ਨਾਲ ਸਪੈਸ਼ਲੀ ਟਾਈਪ 2 ਡਾਇਬੀਟੀਜ਼ ਸ਼ੁਰੂ ਹੋ ਜਾਂਦੀ ਹੈ ਜਿਹਨਾਂ ਪੇਸ਼ੈਂਟਸ ਨੂੰ ਓਵਰਵੇਟ ਦੇ ਨਾਲ ਇਹਦੇ ਵਿੱਚ ਇਨਸੁਲਿਨ ਦੀ ਪ੍ਰੋਡਕਸ਼ਨ ਦੇ ਨਾਲ ਨਾਲ ਇਨਸੁਲਿਨ ਦਾ ਪੈਰੀਫਰੀ 'ਚ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਜਿਹੜਾ ਸੈਲੂਲਰ ਲੈਵਲ 'ਤੇ ਇਨਸੁਲਿਨ ਐਕਟ ਕਰਦੀ ਹੈ ਉਹ ਚੰਗੀ ਤਰ੍ਹਾਂ ਕਰ ਨਹੀਂ ਪਾਉਂਦੀ ਇਨਸੁਲਿਨ ਰੈਜ਼ਿਸਟੈਂਸ ਸ਼ੁਰੂ ਹੋ ਜਾਂਦਾ ਹੈ ਅਤੇ ਪੇਸ਼ੈਂਟਸ ਨੂੰ ਡਾਇਬੀਟੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਮੋਟਾਪੇ ਦੇ ਨਾਲ ਟਾਈਪ 2 ਡਾਇਬੀਟੀਜ਼ ਬਹੁਤ ਜ਼ਿਆਦਾ ਕਾਮਨ ਦੇਖੀ ਗਈ ਹੈ ਕਿ ਮੋਸਟਲੀ ਜਿਹੜੇ ਓਵਰਵੇਟ ਪੇਸ਼ੈਂਟਸ ਹੈ ਉਹਨਾਂ ਨੂੰ 60-80% ਤੱਕ ਟਾਈਪ 2 ਡਾਇਬੀਟੀਜ਼ ਅਸੀਂ ਡਿਟੈਕਟ ਕਰਦੇ ਹਾਂ ਅਤੇ ਸਫਲ ਮੋਟਾਪੇ ਦੇ ਇਲਾਜ ਨਾਲ ਇਹ ਡਾਇਬੀਟੀਜ਼ ਵੀ ਕੰਟਰੋਲ 'ਚ ਆ ਜਾਂਦੀ ਹੈ ਕਾਫੀ ਹੱਦ ਤੱਕ ਬਾਕੀ ਸਾਨੂੰ ਇਹ ਪਤਾ ਹੈ ਕਿ ਜੇ ਅਸੀਂ ਡਾਇਬੀਟੀਜ਼ ਦੀ ਗੱਲ ਕਰੀਏ ਕਿਸੇ ਵੀ ਪੇਸ਼ੈਂਟ ਨੂੰ ਜਦੋਂ ਡਾਇਬੀਟੀਜ਼ ਹੁੰਦੀ ਹੈ 8-10 ਸਾਲਾਂ ਦੇ ਵਿੱਚ ਡਾਇਬੀਟੀਜ਼ ਬੋਡੀ ਦੇ ਅੰਦਰ ਸਾਡੀ ਜਿਵੇਂ ਅੱਖਾਂ ਦੀਆਂ ਨਾੜੀਆਂ ਹੈਗੀਆਂ ਟੈਂਸ਼ਨੋਪੈਥੀ ਕਰ ਦਿੰਦੀ ਹੈ ਗੁਰਦਿਆਂ ਨੂੰ ਇਫੈਕਟ ਕਰਦੀ ਹੈ ਹਾਰਟ ਨੂੰ ਇਫੈਕਟ ਕਰਦੀ ਹੈ ਬ੍ਰੇਨ ਨੂੰ ਇਫੈਕਟ ਕਰਦੀ ਹੈ ਅਤੇ ਹੁਣ ਤੁਸੀਂ ਇਹ ਆਪਾਂ ਇਹ ਸੋਚੀਏ ਇੱਕ ਪਾਸੇ ਮੋਟਾਪਾ ਜਿਹੜਾ ਆਪਣੇ ਆਪ 'ਚ ਕਿਲਰ ਪ੍ਰੋਬਲਮ ਹੈ ਓਵਰਵੇਟ ਕਰਕੇ ਅਤੇ ਨਾਲ ਡਾਇਬੀਟੀਜ਼ ਮਿਲ ਜੇ ਅਤੇ ਇਹ ਦੋ ਪ੍ਰੋਬਲਮਸ ਬਹੁਤ ਜ਼ਿਆਦਾ ਖਤਰਾ ਬਣ ਜਾਂਦੀਆਂ ਜਿਹਨੂੰ ਅਸੀਂ ਕਹੀਏ ਓਬੈਸਟੀ ਅਤੇ ਡਾਇਬੀਟੀਜ਼ ਇੱਕ ਇਕੱਠੀ ਟਰਮ ਬਣੀ ਹੈ ਡਾਇਬੈਸਟੀ ਜਿਹਦੇ 'ਚ ਡਾਇਬੀਟੀਜ਼ ਅਤੇ ਓਬੈਸਟੀ ਨਾਲ ਮਿਲ ਜਾਂਦੀ ਹੈ ਅਤੇ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਨੂੰ ਐਡਿਟਿਵ ਇਫੈਕਟ ਦਿੰਦੀਆਂ ਅਤੇ ਮੋਟਾਪੇ ਦੇ ਨਾਲ ਇਲਾਜ ਦੇ ਨਾਲ ਮੋਟਾਪੇ ਦੇ ਨਾਲ ਨਾਲ ਡਾਇਬੀਟੀਜ਼ ਵੀ ਕੰਟਰੋਲ 'ਚ ਆ ਜਾਂਦੀ ਹੈ ਬਾਕੀ ਬਿਮਾਰੀਆਂ ਜਿਹੜਾ ਮੋਟਾਪਾ ਨਾਲ ਲੈ ਕੇ ਆਉਂਦਾ ਹੈ ਜਿਵੇਂ ਜੋੜਾਂ ਦਾ ਦਰਦ ਕਿਉਂਕਿ ਜਦੋਂ ਵੇਟ ਆਲਮੋਸਟ ਕਾਫੀ ਹੋ ਗਿਆ ਜੇ ਕਿਸੇ ਦਾ 70 ਕਿਲੋ ਵੇਟ ਹੋਣਾ ਚਾਹੀਦਾ ਹੈ ਅਤੇ ਆਪਾਂ 105 'ਤੇ 110 'ਤੇ ਜਾਂ 120 'ਤੇ ਵੀ ਪਹੁੰਚੀਏ ਅਤੇ ਜੁਆਇੰਟ ਪੇਨਸ ਤਾਂ ਹੋਣੀਆਂ ਹੀ ਹੋਣੀਆਂ ਫਿਰ ਅਸੀਂ ਗੱਲ ਕਰੀਏ ਬਲੱਡ ਪ੍ਰੈਸ਼ਰ ਸਾਡਾ ਜਿਹੜਾ ਹਾਰਟ ਹੈ ਉਹ ਬਣਿਆ ਹੈ ਪੰਪ ਕਰਨ ਲਈ 70-80 ਕਿਲੋ ਨੂੰ ਅਤੇ ਜੇ ਅਸੀਂ 110 ਕਿਲੋ ਨੂੰ ਪੰਪ ਕਰਵਾ ਰਹੇ ਹਾਂ ਤਾਂ ਓਬਵੀਅਸਲੀ ਹਾਰਟ 'ਤੇ ਵੀ ਲੋਡ ਹੈ ਉਸੇ ਤਰ੍ਹਾਂ ਸਾਡੇ ਗੁਰਦਿਆਂ 'ਤੇ ਲਿਵਰ 'ਤੇ ਬੋਡੀ ਦੇ ਹਰ ਔਰਗਨ 'ਤੇ ਔਰਤਾਂ ਦੇ ਵਿੱਚ ਇਨਫਰਟੀਲਿਟੀ ਅਸੀਂ ਬਹੁਤ ਦੇਖਦੇ ਹਾਂ ਅੱਜ ਦੀ ਡੇਟ 'ਚ ਓਵਰਵੇਟ ਨਾਲ ਜਿਹਨਾਂ ਨੂੰ ਅੰਡੇ ਦਾਨੀਆਂ ਦੇ ਵਿੱਚ PCOD ਸਿੰਡਰੋਮ ਵੀ ਆ ਜਾਂਦਾ ਹੈ ਔਰਤਾਂ ਨੂੰ ਅਤੇ ਮੋਟਾਪਾ ਆਪਣੇ ਆਪ ਹਰ ਬਿਮਾਰੀ ਨੂੰ ਨਾਲ ਲੈ ਕੇ ਆਉਂਦਾ ਹੈ ਸਪੈਸ਼ਲੀ ਕੈਂਸਰਸ ਵੀ ਔਰਤਾਂ ਦੇ ਵਿੱਚ ਬ੍ਰੈਸਟ ਦੇ ਕੈਂਸਰ ਯੂਟਰਾਈਨ ਦੇ ਕੈਂਸਰ ਕੋਲੋਨਿਕ ਕੈਂਸਰ ਸੋ ਮੋਟਾਪਾ ਇਜ਼ ਏ ਡਿਜ਼ੀਜ਼ ਇਨ ਇਟਸੈਲਫ ਆਪਣੇ ਆਪ 'ਚ ਇੱਕ ਬਿਮਾਰੀ ਹੈ ਅਤੇ ਜੇ ਆਪਾਂ ਇਸ ਬਿਮਾਰੀ ਦਾ ਸਫਲ ਇਲਾਜ ਕਰ ਲਈਏ ਤਾਂ ਅਸੀਂ ਸਿਰਫ ਮੋਟਾਪਾ ਹੀ ਨਹੀਂ ਘਟਾਇਆ ਇਹਦੇ ਨਾਲ ਇਹ ਸਾਰੀਆਂ ਬਿਮਾਰੀਆਂ ਸਪੈਸ਼ਲੀ ਟਾਈਪ 2 ਡਾਇਬੀਟੀਜ਼ ਨੂੰ ਵੀ ਇੱਕ ਹੱਦ ਤੱਕ ਜੜੋਂ ਠੀਕ ਕਰਦਾ ਇਹ ਤਾਂ ਬਹੁਤ ਹੀ ਮਤਲਬ ਤੁਸੀਂ ਇਹ ਸਾਰੀਆਂ ਗੱਲਾਂ ਹੈਗੀਆਂ ਬਸ ਇਹਦੀ ਨੌਲੇਜ ਨਹੀਂ ਹੈ ਸਾਨੂੰ ਅਤੇ ਸਭ ਤੋਂ ਪਹਿਲਾਂ ਸਾਨੂੰ ਇਹ ਨੌਲੇਜ ਦੇਣ ਲਈ ਥੈਂਕ ਯੂ ਕਿਉਂਕਿ ਕਾਫੀ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਹੈ ਅਤੇ ਜਿੱਦਾਂ ਤੁਸੀਂ ਕਿਹਾ ਕਿ ਡਾਇਬਿਟੀਜ਼ ਅਤੇ ਮੋਟਾਪਾ ਮਤਲਬ ਕਿ ਮੋਟਾਪੇ ਦੇ ਨਾਲ ਟਾਈਪ 2 ਡਾਇਬਿਟੀਜ਼ ਦਾ ਹੋਣਾ ਬਹੁਤ ਹੀ ਜ਼ਿਆਦਾ ਆਮ ਹੈ ਅਤੇ ਸਰ ਜੀ ਇਹ ਕਿੰਨਾ ਕੁ ਜ਼ਿਆਦਾ ਆਮ ਹੈ ਪਹਿਲਾਂ ਮੇਰਾ ਇਹ ਸਵਾਲ ਹੈ ਅਤੇ ਨਾਲੇ ਇਹਨਾਂ ਨੂੰ ਕਟਾਉਣ ਦੇ ਕੀ ਤਰੀਕੇ ਹੋ ਸਕਦੇ ਦੇਖੀਏ ਡਾਇਬਿਟੀਜ਼ ਅਤੇ ਮੋਟਾਪੇ ਦੀ ਜਿਹੜੀ ਐਸੋਸੀਏਸ਼ਨ ਹੈ ਉਹ 60-80% ਜਿਹੜੇ ਓਵਰਵੇਟ ਪੇਸ਼ੈਂਟਸ ਹੈ ਉਹਨਾਂ 'ਚ ਡਾਇਬਿਟੀਜ਼ ਆ ਜਾਂਦੀ ਹੈ ਵਿਦ ਟਾਈਮ ਓਕੇ ਅਤੇ ਇਹਨਾਂ ਨੂੰ ਘਟਾਉਣ ਦੇ ਤਰੀਕੇ ਬੇਸਿਕਲੀ ਦੇਖੀਏ ਸਾਡੇ ਕੋਲ ਜਦੋਂ ਵੀ ਕੋਈ ਆਉਂਦਾ ਹੈ ਹਰ ਅਸੀਂ ਸਭ ਤੋਂ ਪਹਿਲਾਂ ਇਹ ਰਿਕਮੈਂਡੇਸ਼ਨ ਹੁੰਦੀ ਹੈ ਲਾਈਫ ਸਟਾਈਲ ਚੇਂਜ ਕਿ ਪਹਿਲਾਂ ਆਪਣਾ ਖਾਣਾ ਪੀਣਾ ਰਹਿਣਾ ਸਹਿਣਾ ਐਕਸਰਸਾਈਜ਼ ਤੁਸੀਂ ਕਰੋ ਜਿਹਦੇ ਨਾਲ ਥੋੜ੍ਹਾ ਜਿਹਾ ਮੋਟਾਪਾ ਠੀਕ ਹੋਏ ਥੋੜ੍ਹੀ ਜਿਹੀ ਡਾਇਬਿਟੀਜ਼ ਠੀਕ ਹੋਏ ਪਰ ਜਦੋਂ ਲੋਕਾਂ ਨੂੰ ਇਸ ਲਾਈਫ ਸਟਾਈਲ ਚੇਂਜ ਦੇ ਨਾਲ ਨਹੀਂ ਰਿਜ਼ਲਟ ਮਿਲ ਰਿਹਾ ਫਿਰ ਅਸੀਂ ਉਹਨਾਂ ਨੂੰ ਸਟਰੋਂਗਰ ਰਿਕਮੈਂਡੇਸ਼ਨ ਕਰਦੇ ਹਾਂ ਜਿਸ ਤਰ੍ਹਾਂ ਸਰਜਰੀਜ਼ ਦੀ ਵੀ ਅੱਜ ਦੀ ਡੇਟ 'ਚ ਬਹੁਤ ਸਕਸੈਸਫੁਲ ਪਾਈਆਂ ਗਈਆਂ ਹੈ ਜਿਹੜੀਆਂ ਮੋਟਾਪੇ ਦੇ ਨਾਲ ਨਾਲ ਡਾਇਬਿਟੀਜ਼ ਨੂੰ ਵੀ ਕੰਟਰੋਲ ਕਾਫੀ ਹੱਦ ਤੱਕ ਠੀਕ ਵੀ ਕਰਦੇ ਅੱਛਾ ਜੀ ਅਤੇ ਜਿੱਦਾਂ ਤੁਸੀਂ ਕਿਹਾ ਕਿ ਜੇਕਰ ਆਪਾਂ ਐਕਸਰਸਾਈਜ਼ ਨਾਲ ਜਾਂ ਆਪਣਾ ਡੇਲੀ ਰੂਟੀਨ ਫੋਲੋ ਕਰਕੇ ਉਸ ਚੀਜ਼ ਨੂੰ ਨਹੀਂ ਘਟਾ ਪਾ ਰਹੇ ਹਾਂ ਤਾਂ ਫਿਰ ਸਰਜਰੀਜ਼ ਕਰਾ ਸਕਦੇ ਹਾਂ ਅਤੇ ਸਰ ਸਾਨੂੰ ਤੁਸੀਂ ਦੱਸੋਗੇ ਕਿ ਕਿਹੜੀ ਟਾਈਪ ਦੀ ਸਰਜਰੀਜ਼ ਜਾਂ ਕਿਸ ਤਰ੍ਹਾਂ ਦੀ ਸਰਜਰੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਬੇਸਿਕਲੀ ਦੇਖੀਏ ਇਹ ਜਿਹੜੀ ਆਪਰੇਸ਼ਨ ਹੈ ਜਿਹਨਾਂ ਨੂੰ ਅਸੀਂ ਬੈਰੀਐਟ੍ਰਿਕ ਤੇ ਮੈਟਾਬੋਲਿਕ ਆਪਰੇਸ਼ਨ ਕਹਿੰਦੇ ਹਾਂ ਇਹ 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 ਦੂਰਬੀਨ ਦੇ ਰਾਹੀਂ ਕੀਤੇ ਜਾਂਦੇ ਹੈ ਜਿਹਦੇ 'ਚ ਕੋਈ ਚੀਰ ਫਾੜ ਨਹੀਂ ਹੁੰਦੀ ਜਿਹਦੇ 'ਚ ਕੋਈ ਅਗਰ ਸਾਡੀ ਰੀੜ ਦੀ ਹੱਡੀ 'ਚ ਕੋਈ ਇੰਜੈਕਸ਼ਨ ਨਹੀਂ ਲੱਗਦਾ ਪੇਸ਼ੈਂਟ ਨੂੰ ਐਨਸਥੀਸੀਆ ਦੇ ਨਾਲ ਛੋਟੇ ਛੋਟੇ ਨਾਲੋਂ ਛੋਟੇ ਸੁਰਾਕਾਂ ਦੇ ਨਾਲ ਅਸੀਂ ਲੈਪਰੋਸਕੋਪੀ ਨਾਲ ਅਸੀਂ ਜਿਹੜਾ ਸਾਡਾ ਮੇਦਾ ਹੈ ਅਤੇ ਇੰਟੇਸਟਾਈਨ ਹੈ ਉਹਦੇ ਨਾਲ ਇਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਦੇ ਹਾਂ ਕਿ ਜਿਹਦੇ ਨਾਲ ਬੋਡੀ ਦਾ ਜਿਹੜਾ ਸੈੱਟ ਪੁਆਇੰਟ ਹੈ ਵੇਟ ਦਾ ਜੇ ਕਿਸੇ ਦਾ ਵੇਟ 120 ਕਿਲੋ ਹੈ ਅਤੇ ਹੋਣਾ ਚਾਹੀਦਾ 70 ਕਿਲੋ
ਵਾਸਤੇ ਬਾਡੀ ਦਾ ਸੈੱਟ ਪੁਆਇੰਟ ਚੇਂਜ ਹੋ ਜਾਂਦਾ ਹੈ, ਹੌਲੀ 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 ਵੇਟ ਘੱਟ ਜਾਂਦਾ ਹੈ, ਅੰਦਰੋਂ ਹਾਰਮੋਨਸ ਇਸ ਤਰ੍ਹਾਂ ਦੇ ਜਨਰੇਟ ਹੁੰਦੇ ਹੈ ਕਿ ਜਿਹੜੇ ਇਨਸੁਲਿਨ ਰੈਜ਼ਿਸਟੈਂਸ ਬਣਿਆ ਹੋਇਆ ਹੈ, ਗਲੂਕੋਜ਼ ਦਾ ਮੈਟਾਬੋਲਿਜ਼ਮ ਖਰਾਬ ਹੋਇਆ ਹੋਇਆ ਹੈ, ਉਹ ਹਾਰਮੋਨਸ ਆਪਣੇ ਆਪ ਘੱਟ ਜਾਂਦੇ ਹੈ ਖਰਾਬ ਵਾਲੇ, ਅਤੇ ਚੰਗੇ ਹਾਰਮੋਨਸ ਉੱਪਰ ਆ ਜਾਂਦੇ ਹੈ। ਅਤੇ ਵਿਦ ਟਾਈਮ ਇਨ ਅ ਸਪੈਨ ਆਫ 6 to 8 months ਦੇਖਿਆ ਗਿਆ ਹੈ ਕਿ ਪੇਸ਼ੈਂਟ ਦਾ ਸਾਰਾ ਵੇਟ ਵੀ ਘੱਟ ਗਿਆ ਹੈ, ਉਹਨਾਂ ਦੀ ਡਾਇਬਟੀਜ਼ ਵੀ ਠੀਕ ਹੋ ਗਈ ਹੈ, ਉਹਨਾਂ ਦਾ ਖਾਣਾ ਪੀਣਾ ਲਾਈਫ ਸਟਾਈਲ ਸਾਰਾ ਕੁਛ ਆਪਣੇ ਆਪ 'ਚ ਕੰਪਲੀਟ ਹੈ, ਅਤੇ ਉਹਨਾਂ ਨੂੰ ਲੌਂਗ ਟਰਮ ਦੇ ਵਿੱਚ ਮੋਟਾਪੇ ਦੀ ਬਿਮਾਰੀਆਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ, ਅਤੇ ਡਾਇਬਟੀਜ਼ ਵੀ ਕੰਟਰੋਲ ਜਾਂ ਠੀਕ ਹੋ ਜਾਂਦੀ ਹੈ। ਜਿੱਦਾਂ ਕਿ ਤੁਸੀਂ ਕਿਹਾ ਕਿ ਕਾਫੀ ਮਤਲਬ ਸਹੂਲੀਅਤ ਦੇ ਨਾਲ ਇਸ ਨੂੰ ਪਰਫੋਰਮ ਕੀਤਾ ਜਾ ਸਕਦਾ ਹੈ, ਤੇ ਮੈਂ ਇਹ ਪੁੱਛਣਾ ਚਾਹਾਂਗੀ ਜਿੱਦਾਂ ਕਿਹਾ ਕਿ ਲੌਂਗ ਟਰਮ ਵਰਡ ਤੁਸੀਂ ਯੂਜ਼ ਕਰ ਰਹੇ ਹੋ, ਤੇ ਇਹਦਾ ਅਸਰ ਕਿੰਨੀ ਦੇਰ ਤੱਕ ਰਹਿੰਦਾ ਹੈ, ਤੇ ਨਾਲੇ ਇਹਦੇ ਕੀ ਬੈਨੀਫਿਟਸ? ਦੇਖੀਏ, ਜਦੋਂ ਆਪਾਂ ਕਹੀਏ ਲੌਂਗ ਟਰਮ ਦੀ ਗੱਲ ਕਰਦੇ ਹਾਂ, ਇਹਦਾ ਅਸਰ ਬੇਸਿਕ ਇਹ ਜਿਹੜਾ ਰਿਜ਼ਲਟ ਹੈ ਇਸ ਆਪਰੇਸ਼ਨ ਦਾ, ਜਿਹਨਾਂ ਨੂੰ ਜ਼ਰੂਰਤ ਹੈ, ਜਿਹਨਾਂ ਦਾ BMI 30 ਤੋਂ ਉੱਪਰ ਹੈ, ਅਤੇ ਨਾਲ ਉਹਨਾਂ ਨੂੰ ਦੋ ਬਿਮਾਰੀਆਂ ਜੁੜੀਆਂ ਹੋਈਆਂ ਜਿਹਨਾਂ ਨੂੰ ਅਸੀਂ ਕੋਮੋਰਬਿਡਿਟੀਜ਼ ਕਹਿ ਦਿੰਦੇ ਹਾਂ। ਅਤੇ ਜਦੋਂ ਇਹ ਆਪਰੇਸ਼ਨ ਸਿਲੈਕਟਿਡ ਪੇਸ਼ੈਂਟਸ ਨੂੰ ਕੀਤਾ ਜਾਂਦਾ ਹੈ, ਜਿਹਨਾਂ ਨੂੰ ਬੈਨੀਫਿਟ ਸਾਨੂੰ ਬਹੁਤ ਦਿਖਦੇ ਹੈ, ਅਤੇ ਵੇਟ ਲੋਸ ਅਤੇ ਡਾਇਬਟੀਜ਼ ਕੰਟਰੋਲ 6 to 8 months ਦੇ ਵਿੱਚ ਸਾਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਲੌਂਗ ਟਰਮ ਦੇ ਵਿੱਚ ਪੇਸ਼ੈਂਟਸ ਨੂੰ ਅਸੀਂ ਲਾਈਫ ਸਟਾਈਲ ਚੇਂਜ ਨੂੰ ਕਹਿੰਦੇ ਹਾਂ ਕਿ ਦੇਖੀਏ, ਜਦੋਂ ਇੱਕ ਵਾਰ ਕਿਸੇ ਦਾ ਵਜ਼ਨ 120 kg ਹੈ, ਅਤੇ ਡਾਇਬਟੀਜ਼ ਕੰਟਰੋਲ ਨਹੀਂ ਹੋ ਰਹੀ, ਜੇ ਕਿਸੇ ਆਪਰੇਸ਼ਨ ਨੇ 120 ਤੋਂ ਕਿਸੇ ਦਾ ਪੇਸ਼ੈਂਟ ਦਾ ਵਜ਼ਨ 70 kg ਤੱਕ ਆ ਗਿਆ, ਅਤੇ ਡਾਇਬਟੀਜ਼ ਕੰਟਰੋਲ ਹੋ ਗਈ, ਫਿਰ ਅਸੀਂ ਪੇਸ਼ੈਂਟਸ ਨੂੰ ਇੰਨਾ ਐਜੂਕੇਟ ਕਰਦੇ ਹਾਂ ਕਿ ਤੁਸੀਂ ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ ਹੈ, ਜੋ ਤੁਹਾਨੂੰ ਮਨ ਕਰਦਾ ਹੈ, ਬਟ ਯੈਸ ਥੋੜ੍ਹਾ ਜਿਹਾ ਦੇਖ ਕੇ ਖਾਣਾ ਹੈ, ਥੋੜ੍ਹਾ ਜਿਹਾ ਮਿੱਠੇ ਦਾ ਉਹਨਾਂ ਸੇਵਨ ਕਰਨਾ ਜਿੰਨਾ ਤੁਸੀਂ ਐਕਸਰਸਾਈਜ਼ ਕਰੋ। ਲੌਂਗ ਟਰਮ ਦੇ ਵਿੱਚ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ, ਥੋੜ੍ਹਾ ਲਾਈਫ ਸਟਾਈਲ ਨੂੰ ਚੇਂਜ ਕਰਨਾ ਹੈ। ਬਾਕੀ ਮੋਟਾਪਾ ਆਪਣੇ ਆਪ 'ਚ ਇੱਕ ਸਟ੍ਰੈਸ ਵੀ ਲੈ ਕੇ ਆਉਂਦਾ ਹੈ, ਅਕਸਰ ਦੇਖਿਆ ਜਾਂਦਾ ਜਿਹਨਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਉਹ ਐਕਸਰਸਾਈਜ਼ ਕਰ ਵੀ ਸਕਦੇ ਆ ਪਰ ਕਰਨਾ ਨਹੀਂ ਚਾਹੁੰਦੇ। ਬਹੁਤ ਪੇਸ਼ੈਂਟਸ ਜਦੋਂ ਵੇਟ ਘੱਟਦਾ ਹੈ, ਡਾਇਬਟੀਜ਼ ਠੀਕ ਹੁੰਦੀ ਹੈ, ਅਤੇ ਆਪਣੇ ਆਪ ਸਰੀਰ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ਹੁਣ ਮੈਂ ਠੀਕ ਹੋ ਗਿਆ, ਹੁਣ ਮੈਂ ਪਰਫੈਕਟ ਹੋ ਗਿਆ, ਮੇਰਾ ਵੇਟ ਘੱਟ ਗਿਆ, ਮੋਰ ਕੌਨਫੀਡੈਂਟ, ਅਤੇ ਮੈਂ ਹੁਣ ਐਕਸਰਸਾਈਜ਼ ਕਰਾਂ, ਅਤੇ ਲੌਂਗ ਟਰਮ ਦੇ ਵਿੱਚ ਵਜ਼ਨ ਘਟਣ ਦੇ ਬਾਅਦ ਡਾਇਬਟੀਜ਼ ਠੀਕ ਹੋਣ ਦੇ ਨਾਲ ਜੇ ਅਸੀਂ ਪੇਸ਼ੈਂਟਸ ਨੂੰ ਇਹ ਮੋਟੀਵੇਟ ਕਰੀਏ ਕਿ ਆਪਣਾ ਲਾਈਫ ਸਟਾਈਲ ਠੀਕ ਕਰੋ, ਆਪਣੀ ਐਕਸਰਸਾਈਜ਼ ਠੀਕ ਕਰੋ, ਆਪਣੀ ਡਾਇਟ ਠੀਕ ਕਰੋ, ਅਤੇ ਸੋਸ਼ਲੀ ਅਤੇ ਫੈਮਿਲੀ ਦੇ ਵਿੱਚ ਵੀ ਖੁਸ਼ੀਆਂ ਤੁਹਾਨੂੰ ਜ਼ਿਆਦਾ ਮਿਲਣਗੀਆਂ, ਐਂਡ ਯੂ ਵਿਲ ਬੀ ਹੈਪੀ, ਅਤੇ ਤੁਹਾਡੇ ਕੰਮ ਦੀ ਕਪੈਸਿਟੀ ਜਿਹਨੂੰ ਅਸੀਂ ਵਰਕ ਦੀ ਕਪੈਸਿਟੀ ਕਹਿੰਦੇ ਹਾਂ ਉਹ ਵੀ ਵਧੇਗੀ। ਇਹ ਤਾਂ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ, ਇਨਫੈਕਟ ਮੈਂ ਇਸ ਨੂੰ ਆਪਣੇ ਆਪ ਨਾਲ ਵੀ ਰਿਲੇਟ ਕਰ ਪਾ ਰਹੀ ਹਾਂ। ਅਤੇ ਜੇਕਰ ਮੈਂ ਇਹ ਪੁੱਛਣਾ ਚਾਹਾਂਗੀ ਕਿ ਜਿਹੜੀ ਸਰਜਰੀ ਹੈ ਇਹ ਕੌਣ ਕੌਣ ਕਰਵਾ ਸਕਦਾ, ਲੇਕਿਨ ਇਹਦਾ ਕੋਈ ਕ੍ਰਾਈਟੀਰੀਆ ਹੈ ਜਾਂ ਮਤਲਬ ਕੀ ਕੌਣ ਕਰਾ ਸਕਦਾ? ਮੈਂ ਵੀ ਕਰਾ ਸਕਦੀ ਹਾਂ? ਨਹੀਂ ਨਹੀਂ, ਬੇਸਿਕਲੀ ਦੇਖੀਏ, ਮੇਰੇ ਕੋਲ ਕੋਈ ਵੀ ਮੇਰੀ ਕੰਸਲਟਿੰਗ ਰੂਮ 'ਚ ਜਦੋਂ ਵੀ ਕੋਈ ਆਉਂਦਾ ਹੈ ਕਿ ਡਾਕਟਰ ਸਾਹਿਬ ਮੈਂ ਇਹ ਆਪਰੇਸ਼ਨ ਬਾਰੇ ਸੁਣਿਆ ਅਤੇ ਅਸੀਂ ਰਿਜ਼ਲਟ ਦੇਖਿਆ ਤੁਹਾਡੇ, ਸੋ ਵੀ ਵਿਲ ਵਾਂਟ ਟੂ ਗੈਟ ਇਟ ਡਨ, ਅਤੇ ਮੈਂ ਕਹਿੰਦਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਪਣਾ BMI ਜਿਹਨੂੰ ਮੈਂ ਕਿਹਾ ਬੋਡੀ ਮਾਸ ਇੰਡੈਕਸ ਜੇ 30 ਤੋਂ ਉੱਪਰ ਹੈ, ਅਤੇ ਨਾਲ ਆਪਾਂ ਨੂੰ ਕਿਸੇ ਵੀ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ, ਤਾਂ ਵੀ ਆਰ ਐਲੀਜੀਬਲ। ਜੇ ਕਿਸੇ ਦਾ BMI ਬੋਡੀ ਮਾਸ ਇੰਡੈਕਸ 35 ਤੋਂ ਵੀ ਉੱਪਰ ਹੈ, ਅਤੇ ਬਿਮਾਰੀਆਂ ਕੋਈ ਨਹੀਂ ਵੀ ਹੋਣ, ਅਤੇ ਨਾਲ ਦੇ ਨਾਲ ਜੋ ਵੀ ਪੇਸ਼ੈਂਟ ਹੈ ਜੇ ਉਹਨੇ 4 to 6 months ਆਪਣੇ ਵੱਲੋਂ ਐਫਰਟ ਕੀਤੀ ਹੋਈ ਹੈ ਡਾਇਟ ਅਤੇ ਲਾਈਫ ਸਟਾਈਲ ਨਾਲ ਵਜ਼ਨ ਘਟਾਉਣ ਦੀ, ਪਰ ਉਹਦੇ ਬਾਵਜੂਦ ਵੀ ਉਹਦਾ ਵਜ਼ਨ ਨਹੀਂ ਘੱਟ ਰਿਹਾ, ਅਤੇ ਅਸੀਂ ਇਹੋ ਜਿਹੇ ਪੇਸ਼ੈਂਟਸ ਨੂੰ ਇਹ ਸਰਜਰੀ ਰਿਕਮੈਂਡ ਕਰ ਸਕਦੇ। ਬਹੁਤ ਹੀ ਵਧੀਆ ਗੱਲ ਹੈ, ਅਤੇ ਮੈਨੂੰ ਪਹਿਲਾਂ ਆਪਣਾ BMI ਚੈੱਕ ਕਰਾਉਣਾ ਪਏਗਾ, ਉਸ ਤੋਂ ਬਾਅਦ ਮੈਂ ਤੁਹਾਡੇ ਕਲੀਨਿਕ 'ਤੇ ਆਵਾਂਗੀ। ਅਤੇ ਸਰ ਇੱਕ ਹੋਰ ਚੀਜ਼ ਹੈ, ਜਿੱਦਾਂ ਆਪਾਂ ਐਕਸਰਸਾਈਜ਼ ਦਾ ਨਾਂ ਲਈਏ ਜਾਂ ਫਿਰ ਡਾਇਟ ਦਾ ਨਾਂ ਲਈਏ, ਉਸ ਤੋਂ ਹੀ ਲੋਕ ਇੰਨਾ ਸੰਗਦੇ ਹੈ, ਅਤੇ ਜਦੋਂ ਆਪਾਂ ਸਰਜਰੀ ਦਾ ਨਾਂ ਲੈ ਲੈਂਦੇ ਹਾਂ ਤਾਂ ਲੋਕ ਉੱਦਾਂ ਹੀ ਡਰ ਜਾਂਦੇ ਹੈ, ਅਤੇ ਮਤਲਬ ਇਹਦੇ ਰਿਸਕ ਫੈਕਟਰ ਕੀ ਹੋ ਸਕਦੇ? ਬੇਸਿਕਲੀ ਯੈਸ, ਆਪਰੇਸ਼ਨ ਦੇ ਨਾਲ ਹਰ ਕੋਈ ਡਰਦਾ ਹੀ ਹੈ ਨਾ। ਮੈਂ ਵੀ ਸੋਚਾਂ ਕਿਸੇ ਸਟੇਜ 'ਤੇ ਮੈਨੂੰ ਵੀ ਆਪਣਾ ਆਪਰੇਸ਼ਨ ਜੇ ਕਿਸੇ ਕਰਵਾਉਣਾ ਪੈਂਦਾ ਤਾਂ ਮੈਂ ਵੀ ਸੋਚੂੰਗਾ ਆਪਣੇ ਬਾਰੇ। ਓਕੇ, ਬਾਕੀ ਰਹਿ ਗਈ ਹੈ ਰਿਸਕ ਫੈਕਟਰਸ ਐਂਡ ਕੰਪਲੀਕੇਸ਼ਨਸ। ਅੱਜ ਦੀ ਡੇਟ ਦੇ ਵਿੱਚ ਇਹ ਆਪਰੇਸ਼ਨਸ ਜਿਹੜੇ ਐਕਸਪਰਟਸ ਕਰ ਰਹੇ ਹੈ, ਅਤੇ ਜੇ ਉਹ ਸੈਂਟਰਸ ਦੇ ਵਿੱਚ ਇਸ ਆਪਰੇਸ਼ਨਸ ਦੇ ਜਿਹੜੇ ਕੰਪਲੀਕੇਸ਼ਨ ਰੇਟਸ ਹੈ, ਕੰਪਲੀਕੇਸ਼ਨ ਰੇਟਸ ਇੰਨੇ ਘੱਟ ਨੇ ਕਿ ਜਿਹੜੇ ਜੇ ਆਪਾਂ ਦੇਖੀਏ ਕੰਪੇਅਰ ਕਰੀਏ ਇਹਨਾਂ ਆਪਰੇਸ਼ਨ ਦੇ ਕੰਪਲੀਕੇਸ਼ਨ ਰੇਟਸ, ਗੋਲ ਬਲੈਡਰ ਜਿਵੇਂ ਪਿੱਤੇ ਦਾ ਆਪਰੇਸ਼ਨ ਹੈ, ਹਰਨੀਆ ਦਾ ਆਪਰੇਸ਼ਨ ਹੈ, ਬੱਚੇਦਾਨੀ ਦਾ ਆਪਰੇਸ਼ਨ ਹੈ, ਉਹਨਾਂ ਤੋਂ ਵੀ ਘੱਟ ਨੇ। ਬਟ ਯੈਸ, ਜੇ ਐਕਸਪਰਟ ਡਾਕਟਰਸ ਕਰ ਰਹੇ ਹੈ ਜਿਹੜੇ ਆਲਰੇਡੀ ਇਸ ਫੀਲਡ ਦੇ ਵਿੱਚ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹੈ, ਅਤੇ ਜਿਹਨਾਂ ਨੂੰ ਇਹ ਆਪਰੇਸ਼ਨ ਜਿੱਥੇ ਸੈਂਟਰ 'ਚ ਰੂਟੀਨ ਹੈ, ਅਤੇ ਫਸਟ ਆਫ ਆਲ ਕੰਪਲੀਕੇਸ਼ਨ ਰੇਟ ਕਦੋਂ ਘਟੇਗਾ,
ਕਿ ਤੁਸੀਂ ਪਹਿਲਾਂ ਤਾਂ ਇੱਕ ਐਲੀਜੀਬਲ ਕੈਂਡੀਡੇਟ ਹੋਣੇ ਚਾਹੀਦੇ ਹੋ ਜਿਹਦੇ 'ਚ ਬੈਨੀਫਿਟ ਜ਼ਿਆਦਾ ਹੋਣਗੇ, ਤੁਹਾਡਾ ਡਾਕਟਰ ਐਡੀਕੁਏਟਲੀ ਸਕਿੱਲਡ ਅਤੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਅਤੇ ਯੈਸ ਜਿਸ ਤਰ੍ਹਾਂ ਜੇ ਤੁਹਾਡਾ ਡਾਕਟਰ ਸਕਿੱਲ ਅਤੇ ਐਕਸਪੀਰੀਅੰਸ ਹੈ ਉਹ ਕਿਸ ਕੁਆਲਿਟੀ ਦੇ ਨਾਲ ਇਹ ਓਪਰੇਸ਼ਨਸ ਅਤੇ ਆਊਟਕਮਸ ਦੇ ਰਿਹਾ ਹੈ, ਇਹ ਸਭ ਚੀਜ਼ਾਂ ਮੈਟਰ ਕਰਨਗੀਆਂ ਕਿ ਕੰਪਲੀਕੇਸ਼ਨ ਰੇਟਸ ਦੇ ਉੱਪਰ। ਬਟ ਔਨ ਦਾ ਹੋਲ ਜੇ ਅਸੀਂ ਦੇਖਿਆ ਜਾਏ ਦੇਖੀਏ ਕਿ ਇਨ ਦਾ ਕੰਟਰੀ ਇੰਡੀਆ ਦੇ ਵਿੱਚ ਇਹ ਓਪਰੇਸ਼ਨਸ ਦਿਨ ਪਰ ਦਿਨ ਬਹੁਤ ਮਾਤਰਾ 'ਚ ਹੋ ਰਹੇ ਹੈ, ਕਿਉਂਕਿ ਇਹਨਾਂ ਦੇ ਕੰਪਲੀਕੇਸ਼ਨ ਰੇਟਸ ਜਿਸ ਤਰ੍ਹਾਂ ਦੀ ਟੈਕਨੀਕਸ ਦੇ ਨਾਲ ਬਹੁਤ ਘਟਾ ਦਿੱਤੇ ਗਏ। ਤੇ ਸਰ ਇੱਕ ਥੋੜ੍ਹਾ ਜਿਹਾ ਹੋਰ ਮੈਂ ਗੱਲ ਪੁੱਛਣਾ ਚਾਹਾਂਗੀ ਕਿ ਸਰ ਇਹ ਜਿਹੜੀ ਟੈਕਨੀਕ ਹੈ ਬੈਰੀਆਟ੍ਰਿਕ ਸਰਜਰੀ, ਇਹ ਇਹਨੂੰ ਲਾਈਕ ਥੋੜ੍ਹਾ ਕਿੰਨਾ ਟਾਈਮ ਹੋ ਗਿਆ ਹੈ ਸਾਡੇ ਲਾਈਕ ਇੰਡੀਆ 'ਚ ਜਾਂ ਵਰਲਡ 'ਚ, ਜਾਂ ਕਿੰਨੀ ਸਕਸੈਸਫੁਲ ਹੈ ਇਹਦਾ ਸਕਸੈਸ? ਇਹ ਬੇਸਿਕਲੀ ਬੈਰੀਆਟ੍ਰਿਕ ਸਰਜਰੀ ਵਰਲਡ 'ਚ ਆਲਮੋਸਟ ਆਈ ਥਿੰਕ 25 ਸਾਲ ਤੋਂ ਉੱਪਰ ਦੀ ਹੁਣ ਹੋ ਗਈ ਹੈ ਇਹਦੀ ਲਾਈਫ, ਕਾਫੀ ਟਾਈਮ ਹੋ ਗਿਆ। ਸਾਡੇ ਇੰਡੀਆ 'ਚ ਵੀ ਇਹ ਆਪਰੇਸ਼ਨ ਨੂੰ ਆਲਮੋਸਟ 15 ਸਾਲ ਤੋਂ ਉੱਪਰ ਤੋਂ ਪਰਫਾਰਮ ਕੀਤੇ ਜਾ ਰਹੇ ਨੇ। ਆਈ ਥਿੰਕ ਫਰੋਮ 2000 ਆਨਵਰਡਸ ਇਹ ਆਪਰੇਸ਼ਨ ਇੰਡੀਆ 'ਚ ਹੋ ਰਹੇ ਨੇ। ਅਤੇ ਬਾਕੀ ਜੇ ਅਸੀਂ ਦੇਖੀਏ ਕਿ ਲਾਈਫ ਪੇਸ਼ੈਂਟ ਦੀ ਜੇ ਆਪਾਂ ਗੱਲ ਕਰੀਏ, ਅਤੇ ਜਿਹੜੇ ਪੇਸ਼ੈਂਟਸ ਇਹ ਆਪਰੇਸ਼ਨ ਕਰਵਾ ਚੁੱਕੇ ਨੇ ਅਤੇ ਉਹਨਾਂ ਦੀ ਲਾਈਫ, ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈਲਥ ਹੈ ਇੰਨੀ ਕੰਟਰੋਲ 'ਚ ਹੈ ਕਿ ਜੇ ਉਹ ਨਾ ਕਰਵਾਉਂਦੇ ਜਾਂ ਜੇ ਆਪਰੇਸ਼ਨ ਨਾ ਡਿਵਾਈਸ ਕੀਤੇ ਜਾਂਦੇ, ਤੇ ਆਈ ਥਿੰਕ ਬਹੁਤ ਸਾਰੇ ਪੇਸ਼ੈਂਟਸ ਅੱਜ ਸਾਡੇ ਵਿੱਚ ਮੌਜੂਦ ਹੀ ਨਾ ਹੁੰਦੇ। ਅੱਛਾ ਜੀ, ਮਤਲਬ ਕਾਈਂਡ ਆਫ ਇਹ ਜੀਵਨ ਦਾਨ ਹੀ ਦੇ ਰਿਹਾ ਲੋਕਾਂ ਨੂੰ। ਯੈਸ, ਇਟਸ ਅ ਲਾਈਫ ਸੇਵਿੰਗ, ਇਹ ਜੀਵਨ ਦਾਨ ਦਾ ਆਪਰੇਸ਼ਨ ਤੁਸੀਂ ਕਹਿ ਸਕਦੇ ਹੋ। ਲਾਈਫ ਸੇਵਿੰਗ ਇਨੀਸ਼ੀਏਟਿਵ ਹੈ, ਬਹੁਤ ਹੀ ਵਧੀਆ। ਲਾਈਕ ਮੈਨੂੰ ਵੀ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਇਸ ਸਰਜਰੀ ਬਾਰੇ, ਅੱਜ ਹੀ ਮੈਨੂੰ ਵੀ ਪਤਾ ਲੱਗ ਰਿਹਾ, ਤੇ ਮੈਨੂੰ ਲੱਗਦਾ ਹੈ ਕਾਫੀ ਲੋਕਾਂ ਨੂੰ ਨਈ ਨੌਲੇਜ ਹੋਊਗੀ ਇਸ ਬਾਰੇ। ਸਰ ਕੋਈ ਇਹੋ ਜਿਹਾ ਐਕਸਪੀਰੀਅੰਸ, ਕੋਈ ਕਰੀਬੀ ਮਰੀਜ਼ ਜਾਂ ਕੋਈ ਇੱਦਾਂ ਦਾ ਜਿਨ੍ਹਾਂ ਨੇ ਸਰਜਰੀ ਕਰਾਈ ਹੋਏ ਔਰ ਉਹਦਾ ਮਤਲਬ ਹੁਣ ਤੱਕ ਵੀ ਜਾਂ ਕਾਫੀ ਲੌਂਗ ਟਰਮ ਦੇ ਵਿੱਚ ਉਹਨਾਂ ਦਾ ਇਫੈਕਟ, ਕੁਛ ਸ਼ੇਅਰ ਕਰਨਾ ਚਾਹੁੰਦੇ? ਦੇਖੀਏ, ਮੈਂ ਗੱਲ ਕਰਾਂ ਤੇ ਇਸ ਮੇਰੇ ਫੀਲਡ ਦੇ ਵਿੱਚ ਰੋਜ਼ ਹਰ ਪੇਸ਼ੈਂਟ ਇੱਕ ਨਵਾਂ ਐਕਸਪੀਰੀਅੰਸ ਲੈ ਕੇ ਆਉਂਦਾ ਹੈ, ਹਰ ਪੇਸ਼ੈਂਟ ਦੀ ਇੱਕ ਆਪਣੀ ਕਹਾਣੀ ਹੈ। ਤੇ ਬਹੁਤ ਦੇਖਿਆ ਗਿਆ ਕਈ ਲੋਕਾਂ ਦੇ ਨਾਲ ਵੇਟ ਦੇ ਨਾਲ ਜਿਨ੍ਹਾਂ ਦੀ ਲਾਈਫ ਨੂੰ ਇੰਨਾ ਇਫੈਕਟ ਹੁੰਦਾ ਹੈ ਕਿ ਉਹਨਾਂ ਦਾ ਕੰਮ ਛੁੱਟ ਜਾਂਦਾ ਹੈ, ਉਹਨਾਂ ਤੋਂ ਕੰਮ ਨਹੀਂ ਕੀਤਾ ਜਾਂਦਾ, ਸੋਸ਼ਲੀ ਆਪਣੇ ਆਪ ਨੂੰ ਸਿਕਲੂਡ ਕਰ ਲੈਂਦੇ ਹੈ, ਇੱਕ ਕੋਨੇ 'ਚ ਚਲੇ ਜਾਂਦੇ ਹੈ, ਸੋਸਾਇਟੀ 'ਚ ਮੂਵ ਨਹੀਂ ਕਰਨਾ, ਮਿਲਣਾ ਜੁਲਣਾ ਨਹੀਂ, ਬਿਮਾਰੀਆਂ ਨੇ ਜਕੜ ਲੈਣਾ। ਅਤੇ ਜਦੋਂ ਇਹੋ ਜਿਹੇ ਪੇਸ਼ੈਂਟ ਸਾਡੇ ਕੋਲ ਆਉਂਦੇ ਹੈ, ਡੈਫੀਨੇਟਲੀ ਸਾਡੇ ਹੋਰ ਪੇਸ਼ੈਂਟਸ ਦੇ ਰਿਜ਼ਲਟਸ ਦੇ ਨਾਲ ਜਾਂ ਡੈਫੀਨੇਟਲੀ ਤੁਹਾਡੇ ਸਾਰਿਆਂ ਦੀ ਹੈਲਪ ਦੇ ਨਾਲ ਜਿਹੜਾ ਅਸੀਂ ਮੀਡੀਅਮ ਯੂਜ਼ ਕਰਦੇ ਹਾਂ ਲੋਕਾਂ ਨੂੰ ਅਵੇਅਰ ਕਰਨ ਦਾ, ਵੈਨ ਦੇ ਕਮ ਫੋਰਵਰਡ, ਜਦੋਂ ਉਹਨਾਂ ਦਾ ਆਪਰੇਸ਼ਨ ਹੁੰਦਾ ਹੈ, ਅਤੇ ਹੌਲੀ 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 ਵਿਦ ਟਾਈਮ ਬਹੁਤ ਚੀਜ਼ਾਂ ਠੀਕ ਹੋ ਜਾਂਦੀਆਂ। ਕੋਈ ਪੇਸ਼ੈਂਟ ਫਿਰ ਅੱਗੇ ਤੋਂ ਅੱਗੇ ਹੋਰ ਪੇਸ਼ੈਂਟ ਨੂੰ ਸਾਡੇ ਕੋਲ ਰੈਫਰ ਲੈ ਕੇ ਆਉਂਦੇ ਹੈ ਕਿ ਅਸੀਂ ਠੀਕ ਹੋ ਗਏ, ਤੁਸੀਂ ਵੀ ਠੀਕ ਹੋ, ਐਂ ਲਾਈਫ ਚੱਲਦੀ ਹੈ ਇਹਨਾਂ ਪੇਸ਼ੈਂਟਸ ਦੀ। ਅਤੇ ਸਾਨੂੰ ਬੜੀਆਂ ਚੀਜ਼ਾਂ ਦੁਆਵਾਂ ਵੀ ਦਿੰਦੇ ਹੈ, ਅਤੇ ਅਸੀਂ ਵੀ ਬਹੁਤ ਖੁਸ਼ ਹੁੰਦੇ ਹਾਂ ਕਿ ਅਸੀਂ ਇੱਕ ਜ਼ਿੰਦਗੀ ਬਚਾਉਣ ਦਾ, ਇੱਕ ਨਵੀਂ ਜ਼ਿੰਦਗੀ ਦੇਣ ਦਾ ਕੰਮ ਕਰ ਰਹੇ ਹਾਂ ਇਸ ਸਰਜਰੀ ਦੇ ਨਾਲ। ਬਿਲਕੁਲ, ਕੋਈ ਨਵੀਂ ਚੀਜ਼ ਦਾ ਜਦੋਂ ਪਤਾ ਲੱਗਦਾ ਹੈ ਨਾ, ਤਾਂ ਦੋ ਸਿਚੁਏਸ਼ਨਸ ਹੁੰਦੀਆਂ, ਇੱਕ ਤਾਂ ਲੋਕ ਉਹਨੂੰ ਟਰਾਈ ਕਰਦੇ ਜਾਂ ਤਾਂ ਲੋਕ ਸੰਗਦੇ ਹਨ। ਅਤੇ ਮੈਂ ਜਿੱਦਾਂ ਕਿ ਤੁਸੀਂ ਸ਼ੇਅਰ ਕੀਤਾ ਹੈ ਇੰਨਾ ਸਾਰਾ ਐਕਸਪੀਰੀਅੰਸ, ਐਂਡ ਇਹ ਤੁਸੀਂ ਦੱਸਿਆ ਹੈ ਕਿ ਇਹ ਇੰਨਾ ਜ਼ਿਆਦਾ ਮੁਸ਼ਕਿਲ ਵੀ ਨਹੀਂ ਹੈ, ਅਤੇ ਇਹ ਸੁਣ ਕੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਰਿਲੀਫ ਮਿਲੇਗਾ ਕਿ ਉਹ ਵੀ ਇਸ ਸਰਜਰੀ ਲਈ ਇਨੀਸ਼ੀਏਟ ਕਰ ਸਕਦੇ ਹਨ ਸਭ ਤੋਂ ਪਹਿਲੀ ਗੱਲ। ਅਤੇ ਹੁਣ ਵਾਰੀ ਆਉਂਦੀ ਹੈ ਕਿ ਜਦੋਂ ਵੀ ਕੋਈ ਸਰਜਰੀ ਕਰੋ ਉਹਦੀ ਮਤਲਬ ਓਬਵੀਅਸਲੀ ਲੋਕਾਂ ਨੂੰ ਲੱਗਦਾ ਹੈ ਕਿ ਕੀ ਖਰਚਾ ਆਏਗਾ ਕੀ ਨਹੀਂ ਆਏਗਾ, ਅਤੇ ਕੀ ਮੈਡੀਕਲ ਇੰਸ਼ੋਰੈਂਸ ਇਸ ਸਰਜਰੀ ਬਾਰੇ ਕੁਛ ਸਹਾਇਤਾ ਕਰਦਾ ਹੈ? ਯੈਸ, ਬਿਲਕੁਲ, ਸਾਡੇ ਇੰਸ਼ੋਰੈਂਸ ਕੰਪਨੀਜ਼ ਨਾਲ ਪਿਛਲੇ ਕਾਫੀ ਸਾਲਾਂ ਤੋਂ, ਕਾਫੀ ਜੱਦੋ ਜਹਿਦ ਹੋਣ ਦੇ ਬਾਅਦ, ਹੁਣ IRDA ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਿਟੀ ਇੰਡੀਆ ਨੇ 2019 ਤੋਂ ਬਾਅਦ 1 ਅਕਤੂਬਰ ਤੋਂ ਸਾਰੀ ਇੰਸ਼ੋਰੈਂਸ ਕੰਪਨੀ ਅਤੇ TPAs ਨੂੰ ਇਹ ਇੰਸਟਰਕਸ਼ਨ ਦਿੱਤੀਆਂ ਗਈਆਂ ਕਿ ਜਿਹੜੇ ਵੀ ਪੇਸ਼ੈਂਟਸ ਦੀ ਇਹ ਪੋਲਿਸੀ ਹੋਈ ਹੋਈ ਹੈ ਉਹਨਾਂ ਦੇ ਥੋੜ੍ਹੇ ਜਿਹੇ ਕ੍ਰਾਈਟੀਰੀਆਜ਼ ਹੈ, ਕਿਸੇ 'ਚ 2 ਸਾਲ ਹੈ, ਕਿਸੇ 'ਚ 3 ਸਾਲ ਹੈ, ਅਤੇ ਐਵਰੀ TPA ਹੈਜ਼ ਟੂ ਗਿਵ ਅ ਕਵਰ ਫੋਰ ਦਿਸ ਸਰਜਰੀ। ਕਿ ਬਈ ਇਹ ਸਿਰਫ ਇਹ ਨਹੀਂ ਹੈ ਕਿ ਜੇ ਕਿਹਨਾਂ ਕੋਲ ਪੈਸੇ ਹੈਗੇ ਆ ਉਹੀ ਕਰਵਾਉਣਗੇ, ਜੇ ਕੋਈ ਇੰਸ਼ੋਰੈਂਸ ਵੀ ਜਿਹਨਾਂ ਨੇ ਲਿੱਤੀ ਹੋਈ ਹੈ ਅਤੇ ਉਹਨਾਂ ਨੂੰ ਇੰਸ਼ੋਰੈਂਸ ਨੂੰ 2-3 ਸਾਲ ਹੋ ਚੁੱਕੇ ਹੈ, ਉਹ ਇਹ ਸਰਜਰੀ ਦਾ ਬੈਨੀਫਿਟ ਲੈ ਸਕਦੇ ਹੈ। ਇਹ ਤਾਂ ਮੈਨੂੰ ਲੱਗਦਾ ਇਹ ਸਭ ਤੋਂ ਜ਼ਿਆਦਾ ਰਿਲੀਫ ਦੀ ਗੱਲ ਸੀਗੀ, ਕਿਉਂਕਿ ਇਹ ਮੇਨ ਵਨ ਆਫ ਦਾ ਮੇਨ ਪੁਆਇੰਟ ਹੁੰਦਾ ਹੈ, ਲੋਕਾਂ ਦਾ ਮੇਨ ਕੰਸਰਨ ਹੁੰਦਾ, ਸਭ ਤੋਂ ਵੱਡਾ ਮੁੱਦਾ ਹੁੰਦਾ ਹੈ ਕਿ ਆਪਾਂ ਸਰਜਰੀ ਕਰਾਉਣ ਜਾ ਰਹੇ ਹਾਂ ਅਤੇ ਸਭ ਤੋਂ ਪਹਿਲਾਂ ਕਿੰਨਾ ਰਿਸਕ ਹੋਊਗਾ,
ਤੇ ਕਿੰਨੀ ਕੁ ਹੈਲਪ ਮਿਲ ਜਾਏਗੀ ਸਾਨੂੰ, ਤੇ ਇਹਦੇ ਲਈ ਤੁਸੀਂ ਬਹੁਤ ਵੱਡੀ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ। ਐਂਡ ਜਿਹੜੇ ਲੋਕ ਵੀ ਇਸ ਗੱਲ ਨੂੰ ਸੁਣ ਰਹੇ ਹੈ, ਪਲੀਜ਼ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਫਰੈਂਡ ਸਰਕਲ ਦੇ ਵਿੱਚ, ਜਿੱਦਾਂ ਕਿ ਸਰ ਕਹਿ ਰਹੇ ਕਿ ਇੱਕ ਲਾਈਫ ਸੇਵਿੰਗ ਸਰਜਰੀ ਹੈ, ਤੇ ਆਪਾਂ ਜ਼ਰੂਰ ਮਤਲਬ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਉਣਾ ਚਾਹਾਂਗੇ। ਤੇ ਇਸ ਤੋਂ ਬਾਅਦ ਸਰ, ਜਿੱਦਾਂ ਕਿ ਤੁਸੀਂ ਸਾਰੇ ਕੁਐਸਚਨਸ ਦਾ, ਸਾਰੀ ਪ੍ਰੋਬਲਮਸ ਦਾ ਕਾਫੀ ਮੈਨੂੰ ਸੋਲਵ ਕੀਤਾ ਹੈ, ਬਟ ਕੁਛ ਐਕਸਰਸਾਈਜ਼ ਜਾਂ ਕੁਛ ਡਾਇਟ ਬਾਰੇ ਕੁਛ ਦੱਸ ਸਕਦੇ ਹੋ ਕਿ ਜਿਹਦੇ ਕਰਕੇ ਘਰ 'ਚ ਲੋਕ ਡੇਲੀ ਆਪਣਾ ਵੇਟ ਲੋਸ ਜਾਂ ਇਹ ਡਾਇਬਿਟੀਜ਼ ਨੂੰ ਆਪਣਾ ਘਟਾ ਸਕਦੇ? ਦੇਖੀਏ, ਬੇਸਿਕਲੀ ਜੇ ਆਪਾਂ ਕਹੀਏ ਹੈਲਦੀ ਲਾਈਫ ਸਟਾਈਲ, ਜੇ ਆਪਾਂ ਡਾਇਟ ਅਤੇ ਐਕਸਰਸਾਈਜ਼ ਨੂੰ ਕੰਬਾਈਨ ਕਰੀਏ, ਇਟ ਇਜ਼ ਲਾਈਫ ਸਟਾਈਲ। ਇਹਦੇ 'ਚ ਬਹੁਤ ਫੈਕਟਰਸ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹਾਂ। ਪਹਿਲੀ ਗੱਲ, ਸਾਡੇ ਡਾਇਟ ਦੇ ਵਿੱਚ ਕਾਰਬਸ ਦੀ ਇਨਟੇਕ ਥੋੜ੍ਹੀ ਲਿਮਿਟਿਡ ਹੋਣੀ ਚਾਹੀਦੀ ਹੈ। ਜਿਵੇਂ ਮਿੱਠਾ ਜੇ ਅਸੀਂ ਕਹੀਏ, ਸ਼ੂਗਰੀ ਸਟੱਫ ਦੀ ਇਨਟੇਕ ਘੱਟ ਹੋਣੀ ਚਾਹੀਦੀ ਹੈ। ਸਾਡਾ ਪ੍ਰੋਟੀਨ ਇਨਟੇਕ, ਜਿਸ ਤਰ੍ਹਾਂ ਪਨੀਰ ਹੈ, ਸੋਇਆ ਹੈ, ਪਲਸਿਸ ਹੈ, ਲੈਗਿਊਮਸ ਹੈ, ਅਤੇ ਪ੍ਰੋਟੀਨ, ਫਾਈਬਰ, ਫਰੂਟ, ਵੈਜੀਟੇਬਲ, ਸੈਲਡਸ, ਇਹਨਾਂ ਦੀ ਇਨਟੇਕ ਕਾਫੀ ਜ਼ਿਆਦਾ ਹੋਣੀ ਚਾਹੀਦੀ ਹੈ। ਪਲੱਸ ਜੇ ਅਸੀਂ ਕਹੀਏ ਕਿ ਨੋਨ ਵੈਜ ਦੇ ਵਿੱਚ ਵੀ ਜਿਹੜਾ ਮੀਟ ਹੈ, ਅੰਡਾ ਹੈ, ਫਿਸ਼ ਹੈ, ਉਹਦੀ ਵੀ ਇਨਟੇਕ ਜਿਹੜੇ ਨੋਨ ਵੈਜ ਲੈਂਦੇ ਹੈ ਅਸੀਂ ਮੋਡਰੇਟ ਅਮਾਊਂਟ 'ਚ ਕਰ ਸਕਦੇ ਹਾਂ। ਮਿੱਠੇ ਦਾ ਸੇਵਨ ਜੇ ਆਪਾਂ ਘਟਾਈਏ, ਤਲੀਆਂ ਚੀਜ਼ਾਂ ਦਾ ਸੇਵਨ ਘਟਾਈਏ, ਪਲੱਸ 40 ਅਤੇ ਮਿੰਟ ਤੋਂ ਲੈ ਕੇ 1 ਘੰਟੇ ਦੀ ਜੇ ਆਪਾਂ ਰੋਜ਼ ਐਕਸਰਸਾਈਜ਼ ਦਾ ਸ਼ਡਿਊਲ ਰੱਖੀਏ, ਨਾ ਕਰ ਪਾਈਏ ਇਜ਼ ਅ ਡਿਫਰੈਂਟ ਸਟੋਰੀ, ਪਰ ਜੇ ਆਪਾਂ ਰੱਖੀਏ ਅਤੇ ਹਫ਼ਤੇ 'ਚ ਜੇ 4 ਤੋਂ 5 ਦਿਨ ਅਸੀਂ ਇਹਨੂੰ ਫੋਲੋ ਕਰੀਏ, ਅਤੇ ਸਾਡਾ ਡਾਇਟ ਦੇ ਨਾਲ ਅਤੇ ਐਕਸਰਸਾਈਜ਼ ਦੇ ਨਾਲ ਬੋਡੀ ਵੇਟ ਮੇਨਟੇਨ ਰਹੇਗਾ, ਅਤੇ ਸਾਨੂੰ ਲੌਂਗ ਟਰਮ ਦੇ ਵਿੱਚ ਓਬੈਸਿਟੀ ਤੋਂ ਹਮੇਸ਼ਾ ਛੁਟਕਾਰਾ ਰਹੇਗਾ। ਅਤੇ ਜਿਹਨਾਂ ਪੇਸ਼ੈਂਟ ਦਾ ਅਸੀਂ ਓਪਰੇਟ ਵੀ ਕਰਦੇ ਹਾਂ, ਜਿਹੜੇ ਜਿਹਨਾਂ ਨੂੰ ਰਿਜ਼ਲਟਸ ਵੀ ਮਿਲਦੇ ਆ ਲੌਂਗ ਟਰਮ 'ਚ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਥੋੜ੍ਹੀ ਜਿਹੀ ਡਾਇਟ ਨੂੰ ਆਪਣਾ ਠੀਕ ਰੱਖੋ ਅਤੇ ਐਕਸਰਸਾਈਜ਼ ਨੂੰ ਮੇਨਟੇਨ ਰੱਖੋ, ਤਾਂ ਕਿ ਸਾਨੂੰ ਲੌਂਗ ਟਰਮ ਦੇ ਵਿੱਚ ਇਹ ਬੈਨੀਫਿਟਸ ਲਾਈਫ ਲੌਂਗ ਮਿਲਦੇ ਰਹਿਣ। ਬਿਲਕੁਲ ਜੀ, ਜਿੱਦਾਂ ਸਰ ਕਹਿ ਰਹੇ ਹੈ ਕਿ ਡਾਇਟ ਔਰ ਐਕਸਰਸਾਈਜ਼ ਵੀ ਜ਼ਰੂਰੀ, ਈਵਨ ਇਫ ਆਪ ਸਰਜਰੀ ਕਰਾ ਵੀ ਲੈਂਦੇ ਹੋ ਸਰਜਰੀ, ਤਾਂ ਵੀ ਇਹ ਜ਼ਰੂਰੀ ਹੈ। ਅਤੇ ਨਾਲੇ ਸਰ, ਇਹੋ ਜਿਹਾ ਟੋਪਿਕ ਹੈ ਓਬੇਸਿਟੀ ਪਲੱਸ ਨਾਲੇ ਡਾਇਬਿਟੀਜ਼, ਤੁਸੀਂ ਕਹਿ ਰਹੇ ਬਹੁਤ ਕੋਮਨ, ਇਹੋ ਜਿਹਾ ਟੋਪਿਕ ਹੈ, ਸਾਰਿਆਂ ਨੂੰ ਪਤਾ ਹੈ ਕਿ ਮੋਟਾਪਾ ਹੈਗਾ, ਲੇਕਿਨ ਇਹਦੇ ਬਾਰੇ ਕਿੱਦਾਂ ਹੈਗਾ, ਕਿਵੇਂ ਮੈਜ਼ਰ ਕਰੀਏ, ਜਾਂ ਕੀ ਇਹਦੇ ਮੈਜ਼ਰਸ ਆਪਾਂ ਲੈ ਸਕਦੇ ਹਾਂ, ਕਿੱਦਾਂ ਇਹਨੂੰ ਦੇਖ ਸਕਦੇ ਹਾਂ, ਇਹਦੇ ਬਾਰੇ ਲੋਕਾਂ ਨੂੰ ਨੌਲੇਜ ਨਹੀਂ ਸੀਗੀ, ਕੋਈ ਇਹਦੇ ਬਾਰੇ ਖੁੱਲ੍ਹ ਕੇ ਨਹੀਂ ਗੱਲ ਕਰਦਾ ਸੀ। ਅਤੇ ਜਿੱਦਾਂ ਕਿ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਮੋਟਾਪੇ ਬਾਰੇ ਅੱਜ ਆਪਾਂ ਗੱਲ ਕੀਤੀ, ਅਤੇ ਇਹਦੇ ਨਾਲ ਟਾਈਪ 2 ਡਾਇਬਿਟੀਜ਼ ਦੀ ਵੀ ਆਪਾਂ ਗੱਲ ਕੀਤੀ, ਅਤੇ ਨਾਲੇ ਬੈਰੀਆਟ੍ਰਿਕ ਸਰਜਰੀ ਦੇ ਬਾਰੇ ਵੀ ਅੱਜ ਆਪਾਂ ਗੱਲ ਕੀਤੀ। ਅਤੇ ਮੈਂ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਦੇਣਾ ਚਾਹਾਂਗੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਨਾਲੇ ਸਰ, ਕੋਈ ਇੱਕ ਲਾਸਟ ਮੈਸੇਜ ਜਿਹੜਾ ਤੁਸੀਂ ਸਾਡੀ ਆਡੀਅੰਸ ਨੂੰ ਦੇਣਾ ਚਾਹੋਗੇ, ਤੇ ਉਹ ਸਾਡੇ ਲਈ ਬਹੁਤ ਹੈਲਪਫੁਲ ਹੋਏਗਾ। ਥੈਂਕ ਯੂ ਜੀਆ ਜੀ, ਐਂਡ ਥੈਂਕ ਯੂ ਟੂ ਆਲ ਦਾ ਵਿਊਅਰਸ ਜਿਹੜੇ ਇਸ ਪ੍ਰੋਗਰਾਮ ਨੂੰ ਅੱਗੇ ਸੁਣਨਗੇ, ਲੋਕਾਂ ਨਾਲ ਸ਼ੇਅਰ ਕਰਨਗੇ। ਤੇ ਮੇਰਾ ਇੱਕ ਇਹੀ ਮੈਸੇਜ ਰਹੇਗਾ ਐਟ ਦਾ ਐਂਡ ਆਫ ਦਾ ਪ੍ਰੋਗਰਾਮ, ਕਿ ਜਿਹਨਾਂ ਲੋਕਾਂ ਦਾ ਵੀ ਵੇਟ ਜ਼ਿਆਦਾ ਹੈ, ਜਿਹਨਾਂ ਦਾ BMI 30 ਤੋਂ ਉੱਪਰ ਹੈ, ਜਿਹਨਾਂ ਨੂੰ ਜੇ BMI ਨਹੀਂ ਪਤਾ, ਸਾਡੇ ਫੋਨ ਦੇ ਵਿੱਚ ਐਪਲੀਕੇਸ਼ਨ ਡਾਊਨਲੋਡ ਹੋ ਜਾਂਦੀਆਂ ਹੈ। ਦੇਖਿਆ ਗਿਆ ਔਰਤਾਂ ਦੇ ਵਿੱਚ ਵਜ਼ਨ ਜਦੋਂ 90 ਤੋਂ ਉੱਪਰ ਚਲਾ ਜਾਏ, ਜਾਂ ਮਰਦਾਂ ਦੇ ਵਿੱਚ ਜਦੋਂ ਵਜ਼ਨ 105-110 ਤੋਂ ਉੱਪਰ ਚਲਾ ਜਾਏ, ਤੇ BMI 35 ਦੇ ਨੇੜੇ ਪਹੁੰਚ ਹੀ ਜਾਂਦਾ ਹੈ। ਇਹ ਰੂਲ ਆਫ ਥੰਬ ਹੈ ਸਾਡਾ, ਸਾਨੂੰ ਪਤਾ ਹੁੰਦਾ ਹੈ। ਤੇ ਜਿਹਨਾਂ ਦਾ ਵੇਟ ਜ਼ਿਆਦਾ ਹੈ ਤੇ ਵੇਟ ਦੇ ਨਾਲ ਪ੍ਰੋਬਲਮਸ ਹੈ, ਤੇ ਤੁਸੀਂ ਪਲੀਜ਼ ਅੱਗੇ ਆਓ, ਸਪੈਸ਼ਲਿਸਟ ਨੂੰ ਮਿਲੋ, ਤੇ ਇੱਕ ਡਿਸਕਸ਼ਨ ਕਰੋ। ਡਾਕਟਰ ਕੋਲ ਜਾਣਾ ਆਪਰੇਸ਼ਨ ਦਾ ਕੰਸੈਂਟ ਨਹੀਂ ਹੈ, ਜਾਣਾ ਇਹ ਕੰਸੈਂਟ ਹੈ ਕਿ ਤੁਸੀਂ ਆਪਣੇ ਆਪ ਬਾਰੇ ਸੋਚ ਰਹੇ ਹੋ, ਤੇ ਡਾਕਟਰ ਦੀ ਓਪੀਨੀਅਨ ਲਓ, ਆਪਣੇ ਫਰੈਂਡ ਦੀ, ਕਲੀਗ ਦੀ, ਇੰਟਰਨੈਟ ਤੋਂ ਬਹੁਤ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ, ਬਟ ਇੱਕ ਕਦਮ ਅੱਗੇ ਵਧਾਓ ਤੇ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰੋ। ਬਿਲਕੁਲ ਸਰ, ਇੱਕ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਅੱਜ ਅਸੀਂ ਇੰਨੀ ਗੱਲ ਕੀਤੀ, ਤੁਸੀਂ ਮੈਸੇਜ ਵੀ ਦੇ ਦਿੱਤਾ ਸਰ, ਅਤੇ ਸਰ ਕੋਈ ਇਹੋ ਜਿਹਾ ਸਵਾਲ ਜਾਂ ਕੋਈ ਇਹੋ ਜਿਹਾ ਪੁਆਇੰਟ ਜਿਹੜਾ ਮੇਰੇ ਵੱਲੋਂ ਮਿਸ ਹੋ ਗਿਆ, ਜਿਹੜਾ ਤੁਸੀਂ ਜਨਤਾ ਨੂੰ ਪਹੁੰਚਾਉਣਾ ਚਾਹੁੰਦੇ ਹੋ, ਉਹ ਰਹਿ ਗਿਆ ਹੋਏ ਤਾਂ ਪਲੀਜ਼ ਜ਼ਰੂਰ ਸਾਂਝਾ ਕਰੋ। ਮੈਂ ਇਸ ਪ੍ਰੋਗਰਾਮ 'ਚ ਇੱਕ ਹੋਰ ਪੁਆਇੰਟ ਤੁਸੀਂ ਪੁੱਛਿਆ ਮੈਨੂੰ, ਕਿ ਮੈਂ ਮੇਰਾ ਇੱਕ ਇਹ ਵੀ ਰਹੇਗਾ, ਯੂ ਨੋ, ਸਾਰਿਆਂ ਨੂੰ ਇੱਕ ਮੈਸੇਜ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਹਾਂਜੀ, ਮੋਟਾਪਾ ਆਪਣੇ ਆਪ 'ਚ ਇੱਕ ਬਿਮਾਰੀ ਹੈ। ਜਿਵੇਂ ਕਿਸੇ ਨੂੰ ਡਾਇਬਿਟੀਜ਼ ਹੈ ਜਾਂ ਸ਼ੂਗਰ ਹੈ ਜਾਂ
ਕੈਂਸਰ ਵੀ ਹੈ। ਅਸੀਂ ਕਦੇ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਕਿਉਂ ਡਾਇਬਟੀਜ਼ ਹੋ ਗਈ, ਕਿਉਂ ਬੀਪੀ ਹੋ ਗਿਆ ਤੇ ਕਿਉਂ ਕੈਂਸਰ ਹੋ ਗਿਆ। ਪਰ ਜਿਸ ਨੂੰ ਮੋਟਾਪਾ ਹੁੰਦਾ ਨਾ, ਉਹ ਐਂ ਦੇਖਿਆ ਜਾਂਦਾ ਉਹ ਬਹੁਤ ਖਾਂਦਾ ਹੋਏਗਾ, ਬਹੁਤ ਪੀਂਦਾ ਹੋਏਗਾ, ਉਹ ਐਕਸਰਸਾਈਜ਼ ਨਹੀਂ ਕਰਦਾ ਹੋਏਗਾ। ਬਟ ਜ਼ਰੂਰੀ ਨਹੀਂ ਹੈ ਕਿ ਹਰ ਓਵਰਵੇਟ ਪੇਸ਼ੈਂਟ ਬਹੁਤ ਖਾਂਦਾ ਹੈ, ਹਰ ਓਵਰਵੇਟ ਪੇਸ਼ੈਂਟ ਐਕਸਰਸਾਈਜ਼ ਨਹੀਂ ਕਰਦਾ, ਕਿਉਂਕਿ ਮੋਟਾਪਾ ਆਪਣੇ ਆਪ 'ਚ ਇੱਕ ਮੈਟਾਬੋਲਿਕ ਪ੍ਰੋਬਲਮ ਹੈ, ਜਿਹਦਾ ਸਰੀਰ ਅੰਦਰੋਂ ਆਪਣੇ ਆਪ ਵੇਟ ਵਧਣ ਲੱਗ ਜਾਂਦਾ ਪੇਸ਼ੈਂਟ ਦਾ। ਤੇ ਜਿਹੜੇ ਓਵਰਵੇਟ ਪੇਸ਼ੈਂਟਸ ਹੈ ਉਹਨਾਂ ਲਈ ਤੇ ਉਹਨਾਂ ਦੀ ਫੈਮਿਲੀਜ਼ ਲਈ, ਜੇ ਤੁਹਾਡੇ ਨੇੜੇ ਤੇੜੇ ਵੀ ਕੋਈ ਓਵਰਵੇਟ ਪੇਸ਼ੈਂਟਸ ਹੈ, ਤੇ ਅਸੀਂ ਉਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਦੇਖਣਾ ਹੈ। ਅਸੀਂ ਉਹਨਾਂ ਨੂੰ ਨਿੰਦਣਾ ਨਹੀਂ ਹੈ, ਉਹਨਾਂ ਦਾ ਮਜ਼ਾਕ ਨਹੀਂ ਬਣਾਉਣਾ, ਉਹਨਾਂ ਨੂੰ ਕਹਿਣਾ ਕੋਈ ਨਹੀਂ, ਇਹ ਸਭ ਠੀਕ ਹੋ ਜਾਏਗਾ, ਇਹ ਇੱਕ ਬਿਮਾਰੀ ਹੈ ਪਰ ਇਹਦਾ ਸਫਲ ਇਲਾਜ ਹੈ, ਕੈਂਸਰ ਦਾ ਇਲਾਜ ਨਹੀਂ ਹੈ ਪਰ ਮੋਟਾਪੇ ਦਾ ਇਲਾਜ ਹੈ। ਤੇ ਤੁਸੀਂ ਉਹਨਾਂ ਲੋਕਾਂ ਨੂੰ, ਪੇਸ਼ੈਂਟਸ ਨੂੰ, ਫੈਮਿਲੀ ਮੈਂਬਰਸ ਨੂੰ ਪੋਜ਼ਿਟਿਵਲੀ ਮੋਟੀਵੇਟ ਕਰਕੇ ਕਿ ਵੀ ਇਹਦਾ ਸਫਲ ਇਲਾਜ ਹੋ ਜਾਏਗਾ, ਮੋਟਾਪੇ ਤੋਂ ਛੁਟਕਾਰਾ ਹੋ ਜਾਏਗਾ, ਬਿਮਾਰੀਆਂ ਤੁਸੀਂ ਮੁਕਤ ਹੋ ਜਾਓਗੇ, ਅੱਗੇ ਜਾਓ ਡਾਕਟਰ ਨੂੰ ਮਿਲੋ, ਰਾਦਰ ਦੈਨ ਜੇ ਆਪਾਂ ਉਹਨਾਂ ਨੂੰ ਨਿੰਦਣ ਤੋਂ ਇਲਾਵਾ ਆਪਾਂ ਉਹਨਾਂ ਨੂੰ ਪੋਜ਼ਿਟਿਵ ਕਰਕੇ ਡਾਕਟਰ ਨੂੰ ਮਿਲਵਾਈਏ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਈਏ, ਉਹ ਜਿਹਦੇ ਵਿੱਚ ਉਹ ਡਾਕਟਰ ਦੇ ਨਾਲ ਤੁਹਾਡਾ ਵੀ ਓਨਾ ਹੀ ਸ਼ੁਕਰ ਗੁਜ਼ਾਰ ਹੋਣਗੇ ਕਿ ਤੁਸੀਂ ਸਾਨੂੰ ਇੱਕ ਚੰਗੀ ਰਾਹ ਪਾਇਆ। ਤੇ ਦੈਟ ਇਜ਼ ਵਾਈ ਐਜੂਕੇਸ਼ਨ ਹੋਣਾ, ਇੱਕ ਮੀਡੀਅਮ ਦੇ ਥਰੂ ਲੋਕਾਂ ਨੂੰ ਇਹ ਮੈਸੇਜ ਜਾਣਾ ਕਿ ਮੋਟਾਪਾ ਇੱਕ ਆਪਣੇ ਆਪ 'ਚ ਬਿਮਾਰੀ ਹੈ ਜਿਹਦਾ ਸਫਲ ਇਲਾਜ ਆ ਚੁੱਕਾ ਹੈ। ਹੁਣ ਗੱਲ ਇਹ ਹੈ ਕਿ ਆਪਾਂ ਜੇ ਕਬੂਤਰ ਬਣ ਕੇ ਬੈਠੇ ਰਹਾਂਗੇ ਕਿ ਬਿੱਲੀ ਚਪੱਟਾ ਨਹੀਂ ਮਾਰੇਗੀ, ਚਪੱਟਾ ਨਹੀਂ ਮਾਰੇਗੀ, ਤੇ ਬਿੱਲੀ ਨੇ ਚਪੱਟਾ ਮਾਰ ਹੀ ਲੈਣਾ। ਤੇ ਆਪਾਂ ਹੁਣ ਅੱਖਾਂ ਖੋਲੀਏ ਤੇ ਡਾਕਟਰ ਕੋਲ ਜਾਈਏ ਤੇ ਆਪਣੀ ਲਾਈਫ ਨੂੰ ਠੀਕ ਕਰੀਏ। ਥੈਂਕ ਯੂ। ਆਲਰਾਈਟ ਸਰ, ਜਿੱਦਾਂ ਕਿ ਤੁਸੀਂ ਦੱਸਿਆ ਮੋਟਾਪੇ ਬਾਰੇ, ਓਬੈਸਿਟੀ ਬਾਰੇ ਕਾਫੀ ਇਨਫੋਰਮੇਸ਼ਨ ਮਿਲੀ, ਟਾਈਪ 2 ਡਾਇਬੀਟੀਜ਼ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਮਿਲੀ, ਐਂਡ ਤੁਹਾਡਾ ਮੈਸੇਜ ਵੀ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਸੀਗਾ। ਤੇ ਇਹਦੇ ਨਾਲ ਸਰ, ਇਸ ਮੁਹਿੰਮ ਨਾਲ ਜੁੜਨ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਐਂਡ ਸਪੈਸ਼ਲ ਥੈਂਕਸ ਟੂ ਸਾਡੀ ਟੀਮ ਨੂੰ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਟਾਈਮਸ ਆਫ ਇੰਡੀਆ ਦਾ, ਬਿਕੋਜ਼ ਉਹਨਾਂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਇਸ ਗੱਲ ਨੂੰ ਪਹੁੰਚਾ ਸਕਦੇ ਹਾਂ। ਔਰ ਇਹਦੇ ਨਾਲ ਸਪੈਸ਼ਲ ਥੈਂਕਸ ਮੈਂ ਕਰਨਾ ਚਾਹਾਂਗੀ ਸਾਡੇ ਵਿਊਅਰਸ ਨੂੰ ਵੀ, ਬਿਕੋਜ਼ ਉਹ ਇਹ ਦੇਖਣਗੇ ਤਾਂ ਹੀ ਲੋਕਾਂ ਨੂੰ ਦੱਸਣਗੇ ਅਤੇ ਪਹੁੰਚਾਉਣਗੇ। ਇਹਦੇ ਨਾਲ ਮੈਂ ਜੀਆ ਥੈਂਕ ਯੂ ਅਤੇ ਨਾਲੇ ਇਜਾਜ਼ਤ ਚਾਹਾਂਗੀ, ਐਂਡ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਓ। ਥੈਂਕ ਯੂ ਸੋ ਮਚ।